ਇੰਡੀਆ ਦੇ ਵਿੱਚ ਹੁੰਦੇ ਆ ਜੌਬ ਦੇ ਨਾਲ ਨਾਲ ਪਾਰਟ ਟਾਈਮ ਮੈਂ ਵੀ ਇੰਸ਼ੋਰੈਂਸ ਕਰਦਾ ਸੀ ਜਦੋਂ ਇੰਸ਼ੋਰੈਂਸ ਕਰਦਾ ਸੀ ਤੇ ਸਾਡੇ ਇੱਕ ਸੱਜਣ ਬੜੇ ਸੀਨੀਅਰ ਅਫੀਸਰ ਸੀ ਦਿੱਲੀ ਤੋਂ ਆਏ ਉਹਨਾਂ ਲੈਕਚਰ ਦਿੱਤਾ ਕਹਿੰਦੇ ਵੀ ਜੇ ਇੰਸ਼ੋਰੈਂਸ ਕਾਮਯਾਬ ਹੋਣਾ ਹੈ ਦੋ ਤਿੰਨ ਚੀਜ਼ਾਂ ਧਿਆਨ ਰੱਖਿਓ ਬੜੀ ਮੁਸ਼ਕਿਲ ਹੁੰਦੀ ਆ ਉਦੋਂ ਸ਼ਾਮ ਨੂੰ ਰੋਟੀ ਦਾ ਟਾਈਮ ਉਹਨਾਂ ਜਿਹੜੇ ਫੋਨ ਆ ਗਿਆ ਜੀ ਜਾਂ ਉਦਾਂ ਹੀ ਕਹਦੇ ਚਾਹ ਪੀਣਾ ਆਣਾ ਜੀ ਕੌਫੀ ਪੀਣ ਆ ਆਗੇ ਪਤਾ ਲੱਗੇ ਉਹ ਬਸਤਾ ਖੋਲਿਆ ਤਾਂ ਇੰਸ਼ੂਰੈਂਸ ਦਾ ਕੰਮ ਕਰਨਾ ਹੈ ਉਦਾਂ ਗਾਦਾ ਬੜੇ ਉਹ ਉਹ ਚੀਜ਼ਾਂ ਸਾਰੀਆਂ ਇਹੀ ਅਸੀਂ ਨਵੇੜਦੇ ਹੁਣ ਜੇ ਤੇ ਆਪਾਂ ਪਰਮਨੈਂਟ ਇੰਸ਼ੂਰੈਂਸ ਦੀ ਗੱਲ ਕਰਦੇ ਆ ਇਹ ਬਹੁਤ ਆਪਣੀ ਪੰਜਾਬੀ ਕਿਰਦਾਰ ਚ ਹੈ ਵੀ ਇੱਕ ਤਾਂ ਸਾਨੂੰ ਮਨੀ ਬੈਕ ਆਵੇ ਜੀ ਸਾਡੀ ਮਨੀ ਝੜ ਜਵੇ ਸਾਡੀ ਇਹ ਵੀ ਮਨੀ ਵਾਪਸ ਆ ਜਾਣੀ ਸਾਰਿਆਂ ਨੂੰ ਇਹ ਭਰ ਅੱਜ ਸਾਡੀ ਜੌਬ ਹੈਗੀ ਹੈ ਕੱਲ ਨੂੰ ਨਹੀਂ ਉਸ ਪਾਸੇ ਅਸੀਂ ਸੋਚੇ ਉਹ ਸੋਚੋ ਪਹਿਲੀ ਗੱਲ ਮੈਂ ਜਦ ਨਵਾਂ ਨਵਾਂ ਆਇਆ ਨਾ ਕੋ ਸੱਜਣ ਮਿੱਤਰ ਆ ਗਿਆ ਟੈਚੀ ਚੋ ਕੇ ਤੁਹਾਡੇ ਵਾਲੀ ਗੱਲ ਹੁਣ ਨਾ ਉਹਨੂੰ ਨਾ ਕਰਨ ਜੋਗੇ ਨਾ ਹਾਂ ਕਰਨ ਜੋਗੇ 25 ਸਾਲ ਜਦੋਂ ਕਿਸ਼ਤਾਂ ਪੂਰੀਆਂ ਹੋ ਗਈ ਮੈਂ ਬਾਅਦ ਚ ਕਿਸ਼ਤ ਮੇਰੀ ਬੰਦ ਹੋ ਗਈ ਮੈਂ ਉਹਨੂੰ ਫੋਨ ਕੀਤਾ 25 ਵਰਿਆਂ ਬਾਅਦ ਮੈਂ ਕਿਹਾ ਭਾਜੀ ਕਿੰਨੇ ਪੈਸੇ ਬਣੇ ਮੇਰੇ ਕਹਿੰਦੇ ਜੀ ਉਹ ਤਾਂ ਖਤਮ ਹੋ ਗਈ ਇੰਸ਼ੋਰੈਂਸ ਮੈਂ ਕਿਹਾ ਕਾਦੀ ਖਤਮ ਹੋ ਗਈ ਪਰਮਨੈਂਟ ਰੈਨ ਲੱਗੇ ਆ ਉਹ ਕੁਬੀਆਂ ਵਾਜ ਜਾਂਦੀਆਂ ਨੇ ਬਾਅਦ ਚ ਇਹ ਨਹੀਂ ਪਤਾ ਹੁੰਦਾ ਕਿ ਇਹਦੇ ਰਿਜ਼ਲਟ ਕੀ ਨਿਕਲਣੇ ਨੇ ਥਿੰਕ ਇੰਸ਼ੋਰੈਂਸ ਨਾਮ ਰੱਖਿਆ ਹੈ ਬੰਦੇ ਨੂੰ ਪਹਿਲਾਂ ਸੋਚਣ ਲਈ ਟਾਈਮ ਦਿੰਨੇ ਹੋ ਕਿ ਇੰਸ਼ੋਰੈਂਸ ਜਿਹੜੀ ਮੈਂ ਤਰੀ ਕਰ ਰਹੇ ਆ ਉਹ ਕਾਦੀ ਹੈ ਮੈਂ ਤੁਹਾਨੂੰ ਸਮਝਾਉਣਾ ਹੈ ਆ ਚੀਜ਼ ਇਦਾਂ ਆ ਫਿਰ ਤੁਹਾਡੀ ਜਿਹੜਾ ਜਿਹੜੀ ਚੌਨ ਹੋਊਗੀ ਮੇਰੇ ਨਾਲ ਵਧੀਆ ਹੋਊਗੀ ਮੈਂ ਤੁਹਾਨੂੰ ਸਮਝਾਉਣਾ ਹੈ ਆ ਚੀਜ਼ ਇਦਾਂ ਆ ਫਿਰ ਤੁਹਾਡੀ ਜਿਹੜਾ ਜਿਹੜੀ ਚੌਨ ਹੋਊਗੀ ਮੇਰੇ ਨਾਲ ਵਧੀਆ ਹੋਊਗੀ ਸੰਜਾ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਖਾਸ ਮੁਲਾਕਾਤ ਦੇਖ ਰਿਹਾ ਹੈ ਸਾਰੇ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਖਾਸ ਮੁਲਾਕਾਤ ਖਾਸ ਸ਼ਖਸੀਅਤਾਂ ਨੂੰ ਲਿਆ ਕੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਗੱਲਬਾਤ ਹੁੰਦੀ ਹੈ ਅੱਜ ਵੀ ਇਸੇ ਤਰ੍ਹਾਂ ਇੱਕ ਖਾਸ ਸ਼ਖਸੀਅਤ ਸਾਡੀ ਕਮਿਊਨਿਟੀ ਦੀ ਬੜੇ ਲੰਮੇ ਸਮੇਂ ਤੋਂ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ ਔਰ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਜਦੋਂ ਮੁਲਾਕਾਤ ਹੀ ਖਾਸ ਹੈ ਫਿਰ ਗੱਲਬਾਤ ਵੀ ਅੱਜ ਖਾਸ ਹੀ ਹੋਏਗੀ ਉਹ ਸ਼ਖਸੀਅਤ ਜਨਾਬਾਂਰੇ ਮੇਰਾ ਖਿਆਲ ਹੈ ਲੋਅਰ ਮੇਨ ਲੈਂਡ ਦੇ ਵਿੱਚ ਕਿ ਪੂਰੀ ਬੀਸੀ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਮੁਸੀਬਤ ਬਣਦੀ ਹੈ ਕੋਈ ਐਵੋਜੀ ਮੁਸ਼ਕਲ ਆਉਂਦੀ ਹੈ ਤੇ ਬਾਅਦ ਦੇ ਵਿੱਚ ਪਹਿਲੀ ਗੱਲ ਇਹ ਪੁੱਛਦੇ ਆ ਘਰ ਦੇ ਵੀ ਤੇ ਹੋਰ ਪਾਸੇ ਵੀ ਕੋਈ ਇਨਸੀਡੈਂਟ ਹੁੰਦਾ ਤੇਰੀ ਇੰਸ਼ੋਰੈਂਸ ਹੋਈ ਵੀ ਹੈ ਕੰਨ ਜੀ ਆਇਤ ਸੀ ਕਰਵਾਈ ਨਹੀਂ ਇੰਸ਼ੋਰੈਂਸ ਬਾਬਤ ਸਾਰੀ ਗੱਲਬਾਤ ਕਰਨ ਦੇ ਲਈ ਖੁੱਲੀਆਂ ਗੱਲਾਂ ਕਰਾਂਗੇ ਸਰਦਾਰ ਪਰਮਿੰਦਰ ਸਿੰਘ ਥੇਨ ਉਹਨਾਂ ਦੇ ਨਾਲ ਤਿੰਨਸਾ ਖਾਸ ਮੁਲਾਕਾਤ ਦੇ ਵਿੱਚ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਨੂੰ ਅਤੇ ਦਰਸ਼ਕਾਂ ਨੂੰ ਜਿੱਥੇ ਵੀ ਬੈਠੇ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਅੱਜ ਮੈਂ ਸੋਚ ਰਿਹਾ ਸੀ ਥੋੜਾ ਜਿਹਾ ਪਹਿਲਾਂ ਤੁਹਾਡਾ ਗੱਲਬਾਤ ਕਰਨ ਤੋਂ ਪਹਿਲਾਂ ਸੋਚਦੇ ਸੋਚਦੇ ਦਿਮਾਗ ਚ ਆ ਗਈ ਮੈਂ ਕਿਹਾ ਯਾਰ ਸੋਚਣ ਦੀ ਅੰਗਰੇਜ਼ੀ ਕੀ ਆ ਮੈਂ ਭੁੱਲ ਗਿਆ ਦੱਸਿਓ ਥੋੜਾ ਜਿਹਾ ਸੋਚਣ ਦੀ ਇਹੀ ਹੈ ਜੀ ਇੰਗਲਿਸ਼ ਥਿੰਕ ਬਤਾਂਹੀ ਆਪਾਂ ਕੰਪਨੀ ਦਾ ਨਾਮ ਵੀ ਥਿੰਕ ਹੀ ਹੈ ਜੀ ਬੇ ਹੁਣ ਕੰਪਨੀ ਦਾ ਨਾਮ ਵੀ ਥਿੰਕ ਹੈ ਕੰਪਨੀ ਦਾ ਨਾਮ ਵੀ ਥਿੰਕ ਕਿ ਬਾਲਾ ਸੋਚਣ ਦੀ ਲੋੜ ਨਹੀਂ ਥਿੰਕ ਇੰਸ਼ੋਰੈਂਸ ਇਜ਼ ਦਾ ਰਾਈਟ ਤੁਸੀਂ ਬਿਲਕੁਲ ਸਹੀ ਹੋ ਜੀ ਜਦੋਂ ਆਪਾਂ ਹੁਣ ਕਿਸੇ ਵੀ ਚੀਜ਼ ਬਾਰੇ ਥਿੰਕ ਕਰਦੇ ਆ ਸਪੈਸ਼ਲੀ ਇੰਸ਼ੋਰੈਂਸ ਬਾਰੇ ਜਦੋਂ ਥਿੰਕ ਕਰ ਰਹੇ ਆ ਤਾਂ ਥਿੰਕ ਇੰਸ਼ੋਰੈਂਸ ਦਾ ਹੀ ਨਾਮ ਹੈਗਾ ਜੀ ਤੇ ਲਾਸ 10 ਸਾਲਾਂ ਚੋਂ ਇਹੀ ਕੰਮ ਕਰ ਰਹੇ ਆ ਜੀ ਹਾਂ ਓਕੇ ਇਸ ਤੋਂ ਪਹਿਲਾਂ ਕਿ ਬਾਕੀ ਇੰਸ਼ੋਰੈਂਸ ਬਾਰੇ ਸਾਡੇ ਦਸ਼ਕਾਂ ਨੂੰ ਆਪਾਂ ਜਾਣਕਾਰੀ ਦੇਈਏ ਥੋੜਾ ਜਿਆਦਾ ਦੱਸੋ ਕਿ 10 ਸਾਲਾਂ ਦੇ ਵਿੱਚ ਥਿੰਕ ਇੰਸ਼ੋਰੈਂਸ ਕੱਲੀ ਸਰੀ ਦੇ ਵਿੱਚ ਹੀ ਹੈ ਜਾਂ ਪੂਰੇ BC ਦੇ ਵਿੱਚ ਕਿਤੇ ਵੀ ਜਾ ਕੇ ਤੁਹਾਨੂੰ ਕੋ ਕਲਾਇੰਟ ਫੋਨ ਕਰ ਸਕਦੇ ਹਾਂ ਹਾਂਜੀ ਪਹਿਲੀ ਗੱਲ ਤਾਂ ਹੁਣ ਇਹ ਜੇ ਆਪਾਂ ਇਕੱਲੇ BC ਦੀ ਗੱਲ ਕਰੀਏ ਬਿਲਕੁਲ ਬੀਸੀ ਦਾ ਪਾਕਾ ਕੰਮ ਕਰਦਾ ਹੀ ਕਰਦੇ ਸੀਗੇ بڑا ਆਫਿਸ ਪਲਾਂ ਇੱਕ ਸਰੀ ਸੀਗਾ ਜੀ ਹੁਣ ਸਰੀ ਤਾਂ ਬਸ ਅਡ ਆਫਿਸ ਐਬਰਸਵਰਡਸ ਵੀ ਹੈਗਾ ਅੱਛਾ ਉਦੋਂ ਬਸ ਅਡ ਆਫਿਸ ਕੈਲਗਰੀ ਚ ਹੈਗਾ ਤੇ ਐਡਮੰਟਨ ਹੈਗਾ ਇਹ ਹੈ ਵੀ ਹੁਣ ਇੱਕ ਸੌਖਾ ਇਹ ਹੋ ਗਿਆ ਸਖਾਲਾ ਹੋ ਗਿਆ ਔਨਲਾਈਨ ਤਾਂ ਤੁਸੀਂ ਮਿਲ ਹੀ ਸਕਦੇ ਹੋ ਕਿਤੇ ਵੀ ਹੋ ਇਹ ਵੀ ਆਪਸ ਚ ਬਹਿ ਕੇ ਗੱਲਬਾਤ ਕਰਨ ਜਿਹਦਾ ਆਪਾ ਹੁਣ ਵਰਚੂਲੀ ਸਾਰਾ ਕੰਮ ਹੋ ਗਿਆ ਜਿੱਦਾਂ ਵਰਚੂਲੀ ਕਹਿੰਦੇ ਨਿਆਣੇ ਗੇਮਸ ਖੇਡਦੇ ਵਰਚੂਲੀ ਉਹਦਾ ਇੰਸ਼ੋਰੈਂਸ ਵੀ ਹੁਣ ਇਹ ਹੈ ਵੀ ਵਰਚੂਲੀ ਹੋ ਗਈ ਤੁਸੀਂ ਬਿਗੈਰ ਮਿਲਿਆ ਇੰਸ਼ੂਰੈਂਸ ਹੋ ਸਕਦੀ ਪਰ ਹਾਂ ਆਪਣੇ ਕੋਲੇ ਆਫਿਸ ਵੀ ਕਿਸੇ ਨੇ ਆਉਣਾ ਹੈ ਆ ਕੇ ਮਿਲ ਵੀ ਸਕਦਾ ਗੱਲਬਾਤ ਵੀ ਕਰ ਸਕਦੇ ਨੇ ਪਰ ਆ ਵੀ ਆਨਲਾਈਨ ਵੀ ਕਰਨਾ ਉਹ ਵੀ ਆਪਾਂ ਆਪਣੀ ਕਮਿਟੀ ਚ ਪਹਿਲੇ ਹਾਂ ਜੀ ਪੰਜਾਬੀ ਕਮਿਟੀ ਜਿਹੜੇ ਆਨਲਾਈਨ ਪਲੈਟਫਾਰਮ ਲੈ ਕੇ ਆਏ ਸੀਗੇ ਵੀ ਇੰਸ਼ੂਰੈਂਸ ਆਪਾਂ ਉਹਲਾ ਹੀ ਚੱਕਣਾ ਸ਼ੁਰੂ ਤਾਂ ਆਪਣਾ ਟੀਚਰ ਹੀ ਸੀ ਵੀ ਇੰਸ਼ੂਰੈਂਸ ਦਾ ਉਹਲਾ ਹੀ ਚੱਕਣਾ ਉਹ ਉਹਲੇ ਚੱਕਣ ਕਰਕੇ ਅਸੀਂ ਇਹ ਆਨਲਾਈਨ ਪਲੈਟਫਾਰਮ ਸ਼ੁਰੂ ਕੀਤਾ ਸੀ ਉਹ ਵੀ ਆਪਣੀ ਕਮਿਊਨਿਟੀ ਚ ਆਪਾਂ ਪਹਿਲੇ ਹਾਂ ਜੀ ਤੇ ਉਦੋਂ ਬਾਅਦ ਹੈ ਵੀ ਹੁਣ ਤੁਸੀਂ ਕਿਤੇ ਵੀ ਹੋ ਸਾਡੇ ਆਫਿਸ ਚ ਆਉਣਾ ਸਾਡੀ ਟੀਮ ਹੈਗੀ ਹੈ ਤੇ બસ ਇਹ ਹੈ ਜੀ 8 8 ਚ ਰੱਖਿਆ ਇੰਸ਼ੋਰੈਂਸ ਦਾ ਉਲਾ ਨਾ ਹੋਵੇ ਇੰਸ਼ੋਰੈਂਸ ਜਦੋਂ ਵੀ ਤੁਸੀਂ ਸੋਚ ਰਹੇ ਹੋ ਥਿੰਕ ਕਰ ਰਹੇ ਹੋ ਥਿੰਕ ਇੰਸ਼ੋਰੈਂਸ ਦਾ ਨਾ ਯਾਦ ਰੱਖਣਾ ਮੈਨੂੰ ਚਿੱਤੇ ਹੈ ਇੰਡੀਆ ਦੇ ਵਿੱਚ ਹੁੰਦੇ ਆ ਜੌਬ ਦੇ ਨਾਲ ਨਾਲ ਪਾਰਟ ਟਾਈਮ ਮੈਂ ਵੀ ਇੰਸ਼ੋਰੈਂਸ ਕਰਦਾ ਸੀ ਜਦੋਂ ਇੰਸ਼ੋਰੈਂਸ ਕਰਦਾ ਸੀ ਤੇ ਸਾਡੇ ਇੱਕ ਸੱਜਣ ਬੜੇ ਸੀਨੀਅਰ ਅਫੀਸਰ ਸੀ ਦਿੱਲੀ ਤੋਂ ਆਏ ਉਹਨਾਂ ਲੈਕਚਰ ਦਿੱਤਾ ਕਹਿੰਦੇ ਵੀ ਜੇ ਇੰਸ਼ੋਰੈਂਸ ਕਾਮਯਾਬ ਹੋਣਾ ਹੈ ਦੋ ਤਿੰਨ ਚੀਜ਼ਾਂ ਧਿਆਨ ਰੱਖਿਓ ਬੜੀ ਮੁਸ਼ਕਲ ਹੁੰਦੀ ਆ ਸੈਲਫ ਸੈਲਫ ਕੰਫੀਡੈਂਸ ਡਿਟਰਮੀਨੇਸ਼ਨ ਪੇਸ਼ੈਂਸ ਕਹਿੰਦੇ ਕਿਰਾ ਹੋਇਆ ਕਿ ਮੇਰੇ ਫੁੱਫੜ ਜੀ ਦੀ ਇੰਸ਼ੋਰੈਂਸ ਕਰਨ ਗਿਆ ਇੱਕ ਵਾਰੀ ਗਿਆ ਦੋ ਵਾਰੀ ਗਿਆ ਤਿੰਨ ਵਾਰੀ ਗਿਆ ਉਹ ਸਵੇਰੇ ਦੁਕਾਨ ਮੈਂ ਕਿਹਾ ਮੋਟੀ ਸਾਮੀ ਹੈ ਇੱਕ ਇੰਸ਼ੋਰੈਂਸ ਮਿਲ ਗਈ ਗੱਲ ਬਣ ਜਾਣੀ ਹੈ ਤੇ ਕਹਿੰਦਾ ਜਦੋਂ ਮੈਂ ਚੌਥੀ ਵਾਰੀ ਉਹਦੇ ਕੋਲ ਗਿਆ ਸਵੇਰੇ ਸਵੇਰੇ ਦੁਕਾਨ ਖੋਲੀ ਸੀ ਮੈਂ ਕਿਹਾ ਵੀ ਅੱਜ ਮੈਂ ਬੈਠ ਕੇ ਕਿ ਇੰਸ਼ੋਰੈਂਸ ਲੈ ਕੇ ਆਉਣੀ ਮੈਂ ਜਦੋਂ ਗਿਆ ਤੇ ਫੁੱਫੜ ਨੇ ਦੇਖਦੇ ਆਂ ਮਾਰਿਆ ਮੈਂ ਠੱਡਾ ਕਹਿੰਦਾ ਬਾਹਰ ਨਿਕਲ ਕਹਿੰਦਾ ਤੂੰ ਰੋਜ਼ ਹੀ ਮੂੰਹ ਚੁੱਕ ਕੇ ਇੱਥੇ ਆਏ ਨਾ ਕਹਿੰਦਾ ਮੈਂ ਵਾਕਈ ਡਿੱਗ ਪਿਆ ਪੌੜੀਆਂ ਤੋਂ ਡਿੱਗਣ ਤੋਂ ਬਾਅਦ ਖੜਾ ਹੋ ਕੇ ਕਪੜੇ-ਕੁਪੜੇ ਝਾੜ ਕੇ ਮੈਂ ਕਿਹਾ ਪਰ ਜੀ ਚਲੋ ਤਾਂ ਸਮਝਾ ਕੋ ਕਿੰਨੇ ਦਾ ਕਰਾਂਗਾ ਸੋ ਸੋ ਉਹਦੇ 'ਚ ਕਾਫੀ ਪੇਸ਼ੈਂਸ ਦੀ ਲੋੜ ਹੈ ਹੁਣ ਇਹਦੇ 'ਚ ਬਹੁਤੇ ਲੋਕ ਜਦੋਂ ਪਰਮਾਨੈਂਟ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਆ ਕਹਿੰਦੇ ਸਾਡੀ ਤਾਂ ਪਰਮਾਨੈਂਟ ਇੰਸ਼ੋਰੈਂਸ ਹੋ ਗਈ ਪਰਮਾਨੈਂਟ ਇੰਸ਼ੋਰੈਂਸ ਹੈ ਕਿ ਵਾਕਈ ਪਰਮਾਨੈਂਟ ਹੁੰਦੀ ਹੈ ਹਾਂਜੀ ਜਦੋਂ ਵੀ ਤੁਸੀਂ ਬਹੁਤ ਵਧੀਆ ਗੱਲ ਕਹੀ ਸਖਾਲੇ ਤਰੀਕੇ ਨਾਲ ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਆਂ ਪਹਿਲੀ ਗੱਲ ਤਾਂ ਸੋਚਣਾ ਸਾਡੀਆਂ ਜ਼ਰੂਰਤਾਂ ਕੀ ਨੇ ਜੀ ਠੀਕ ਹੈ ਹੁਣ ਉਹ ਟਾਈਮ ਲੰਘਾ ਤਾਂ ਹੀ ਆਪਣਾ ਜਿਹੜਾ ਮਾਈਂਡ ਸੈਟ ਹੈਗਾ ਤੇ ਇੰਸ਼ੋਰੈਂਸ ਅ ਪ੍ਰੈਸ਼ਰ ਸੇਲ ਹੋ ਗਈ ਜਾਂ ਰਿਸ਼ਤੇਦਾਰ ਆ ਉਹਨੂੰ ਘੇਰ ਲਿਆ ਜਾਂ ਇਹ ਵਿੱਚ ਕੋਈ ਸਾਡਾ ਫਰੈਂਡ ਸਰਕਲ ਹੈ ਉਹਨੂੰ ਘੇਰ ਲਿਆ ਉਸ ਤੋਂ ਬਾਅਦ ਉਹ ਲਾਲਚ ਦੇ ਸਾਡੇ ਨਾਲ ਆ ਜਾਂ ਉਹ ਇਹ ਆਪਾਂ ਕੰਮ ਹੀ ਨੇ ਸ਼ੁਰੂ ਕੀਤਾ ਜਿਹੜੇ ਪਹਿਲੇ ਦਿਨ ਤੋਂ 10 ਸਾਲ ਨਾ ਹੀ ਆਪਾਂ ਡਰਾਵਾ ਚ ਨਾ ਪਾਏ ਉਦੋਂ ਬਾਅਦ ਫੋਨ ਤੇ ਫੋਨ ਫੋਨ ਤੇ ਫੋਨ ਉਦੋਂ ਸ਼ਾਮ ਨੂੰ ਰੋਟੀ ਦਾ ਟਾਈਮ ਆ ਉਦੋਂ ਜਦ ਇਹ ਫੋਨ ਆ ਗਿਆ ਜੀ ਜਾਂ ਉਦਾਂ ਹੀ ਕਹਦਾ ਚਾਹ ਪੀਣ ਆਉਣਾ ਜੀ ਕੌਫੀ ਪੀਣ ਆ ਕੇ ਪਤਾ ਲੱਗਿਆ ਉਹ ਬਸਤਾ ਖੋਲਿਆ ਤਾਂ ਇੰਸ਼ੂਰੈਂਸ ਦਾ ਕੰਮ ਕਰਨਾ ਹੈ ਉਦਾਂ ਹੀ ਕਹਦਾ ਬੜੇ ਉਹ ਉਹ ਚੀਜ਼ਾਂ ਸਾਰੀਆਂ ਅਸੀਂ ਨਵੇੜਦੇ ਆ ਇੱਕ ਪਾਸੇ ਰੱਖ ਕੇ ਫਿਰ ਉਹ ਕਹਿੰਦਾ ਵੀ ਜਦੋਂ ਇਹ ਸਭ ਤੁਹਾਨੂੰ ਜ਼ਰੂਰਤ ਆ ਗਈ ਨੇ ਤੁਹਾਡੀ ਤੁਸੀਂ ਆਪ ਦੇ ਬਾਰੇ ਆਪ ਸਾਨੂੰ ਦੱਸੋ ਜਦੋਂ ਤੁਸੀਂ ਆਪ ਦੇ ਆਪ ਦੱਸਦੇ ਆ ਤੁਸੀਂ ਫਿਰ ਗੱਲਬਾਤ ਕਰਦੇ ਆ ਫਿਰ ਕਹਾਂ ਵੀ ਸਾਡੀਆਂ ਜ਼ ਇਹ ਜ਼ਰੂਰ ਤਾਂ ਸਾਡੀ ਆਹ ਨੇ ਅਸੀਂ ਇਸ ਚੀਜ਼ ਬਾਰੇ ਗੱਲ ਕਰੀ ਆਏ ਨੇ ਸਾਨੂੰ ਉਸ ਰਾਹ ਜਾਣ ਦੀ ਲੋੜ ਹੀ ਨਹੀਂ ਹੁਣ ਜੇ ਤਾਂ ਆਪਾਂ ਪਰਮਨੈਂਟ ਛੋਣ ਦੀ ਗੱਲ ਕਰਦੇ ਆ ਇਹ ਬਹੁਤ ਆਪਣੀ ਪੰਜਾਬੀ ਕਮਿਊਨਿਟੀ ਚਾਹੇ ਵੀ ਇੱਕ ਤਾਂ ਸਾਨੂੰ ਮਨੀ ਬੈਕ ਆਵੇ ਜੀ ਸਾਡੀ ਮਨੀ ਝੜ ਜਵੇ ਸਾਡੀ ਇਹ ਵੀ ਮਨੀ ਵਾਪਸ ਆ ਜਾਣੀ ਸਾਰਿਆਂ ਨੂੰ ਇਹ ਭਰਮ ਹੈ ਉਦੋਂ ਬਾਅਦ ਮੈਂ ਇਹ ਕਹਿਣਾ ਨਾ ਪਹਿਲੀ ਗੱਲ ਤਾਂ ਰੁਕ ਜਾ ਇੱਕ ਮਿੰਟ ਮਨੀ ਬੈਕ ਵਾਲੀ ਆਪਸ਼ਨਾਂ ਸਾਰੀਆਂ ਨੇ ਪਹਿਲਾਂ ਦੱਸੋ ਜ਼ਰੂਰਤਾਂ ਕੀ ਨੇ ਜ਼ਰੂਰਤਾਂ ਦੇ ਨੇ ਹੁਣ ਜ਼ਰੂਰਤ ਹੈਗੀ ਹੈ ਮਿਲੀਨ ਡਾਲਰ ਇੰਸ਼ੋਰੈਂਸ ਦੀ ਹਮ ਠੀਕ ਹੈ ਜੇ ਅਸੀਂ ਗੱਲ ਕਰੀਏ ਨੇ ਲੱਖ ਡਾਲਰ 2 ਲੱਖ ਦੀ ਸਾਡਾ 20 ਹਜ਼ਾਰ 20 ਸਾਲਾਂ ਬਾਅਦ 30 ਸਾਲਾਂ ਬਾਅਦ ਜੁੜ ਜੂਗਾ ਪਰ ਮੈਂ ਸੋਚਿਆ ਵੀ ਆਹ ਜ਼ਿਆਦਾ ਜ਼ਰੂਰੀ ਕਿ ਆਹ ਜ਼ਿਆਦਾ ਜ਼ਰੂਰੀ ਹੈ ਫਿਰ ਹਾਂ ਹਰੇਕ ਦੀਆਂ ਜ਼ਰੂਰਤਾਂ ਡੱਡ ਨੇ ਕਿਸੇ ਵਾਸਤੇ ਟੁਕਮੀ ਹੈ ਜਦੋਂ ਪਰਮਨੈਂਟ ਸ਼ੁਰੂ ਦੀ ਗੱਲ ਕਰਨੀ ਹੈ ਪਹਿਲਾਂ ਤੁਹਾਨੂੰ ਇਹ ਪਤਾ ਕਿ ਕਮਿਟਮੈਂਟ ਹੈਗੀ ਹੈ 20 ਸਾਲ 25 ਸਾਲ 30 ਸਾਲ ਪੈਸੇ ਭਰਨੇ ਨੇ ਹਮ ਲੰਬੀ ਕਮਿਟਮੈਂਟ ਅੱ ਉਸੋ ਸੋਚੋ ਪਹਿਲੀ ਗੱਲ ਤਾਂ ਜੀ ਫਿਰ ਉਦੋਂ ਬਾਅਦ ਸਾਡੀਆਂ ਕਿਸ਼ਤਾਂ ਟੁੱਟ ਗਈਆਂ ਫਿਰ ਕੀ ਹੋਊਗਾ ਕਈਆਂ ਪਾਲਸੀਆਂ ਦੇ ਵਿੱਚ 7 8 9 ਸਾਲ ਪੈਸੇ 1 ਡਾਲਰ ਨਹੀਂ ਜੁੜਦਾ ਜੀ ਹੁਣ ਇਹ ਵੀ ਅਸੀਂ 500 ਡਾਲਰ ਕਿਸ਼ਤਾਂ ਜੋੜ ਲਈ ਨੰਬਰ ਦੇਖਿਆ ਸਾਨੂੰ ਵਧੀਆ 5 ਲੱਖ ਹੋ ਜਾ 2.5 ਲੱਖ ਹੋ ਜਾਊਗਾ ਪਰ ਜਦੋਂ ਇਹ ਨਹੀਂ ਅਸੀਂ ਦੇਖਿਆ ਵੀ ਮਹੀਨੇ ਬਾਅਦ 2 ਮਹੀਨੇ ਬਾਅਦ 6 ਮਹੀਨੇ ਬਾਅਦ ਸਾਲ ਬਾਅਦ ਸਾਡਾ ਸੱਟ ਬਾਈ ਸਾਨੂੰ ਲੱਗ ਹੀ ਫੇਰ ਇਹ ਕਿਸ਼ਤਾਂ ਕੌਣ ਦੇਊਗਾ ਫਿਰ ਉਹ ਪਾਲਸੀਆਂ ਇਦਾਂ ਜਿੰਨੇ ਵੀ ਪੈਸੇ ਦਿੱਤੇ ਸਭ ਗਏ ਫਿਰ ਉਦੋਂ ਬਾਅਦ ਇਹ ਦੇਖੋ ਵੀ ਵਾਕੇ ਮਨੀ ਗਾਰੰਟੀ ਹੈਗੀ ਕਿ ਨਹੀਂ ਹੈਗੀ ਫਿਰ ਜੇ ਗਰੰਟੀ ਹੈਗੀ ਹੈ ਅਸੀਂ ਕਢਾਵਾਂਗੇ ਉਹਦੇ ਕਾਰ ਉਹਦੇ ਫਿਰ ਉਹਦੇ ਸ਼ਰਤਾਂ ਕੀ ਨੇ ਹੂੰ ਫਿਰ ਆ ਪਰਮਾਨੈਂਟ ਇੰਸ਼ੂਰੈਂਸ ਦੀ ਚੀਜ਼ਾਂ ਦੀ ਸਿਹਰੇ ਆ ਵੀ ਕਈ ਵਾਰੀ ਉਮਰ ਵਧੀਆਂ ਦੇ ਨਾਲ ਕਿਸ਼ਤ ਵਧੀਆਂ ਜਾਂਦੀ ਹੈ ਇਹ ਜਦੋਂ ਸਾਰੀਆਂ ਚੀਜ਼ਾਂ ਇਹ ਦੇਖ ਕੇ ਫਿਰ ਕਈ ਵਾਰੀ ਇਹ ਕੇ ਵੀ ਹੁੰਦਾ ਜੀ ਤੁਸੀਂ ਰਹਿਣਾ ਹੋਗੇ ਲਈ ਹੁੰਦੀ 5 ਲੱਖ ਦੀ ਇੰਸ਼ੂਰੈਂਸ ਵਿੱਚ 25000 ਦੀ ਪਰਮਾਨੈਂਟ ਹੋਊਗੀ ਹਾਂ ਹਾਂ ਫਿਰ ਇਹੀ ਸੋਚੀ ਜਾਣਾ ਮੇਰੀ 5 ਲੱਖ ਦੀ ਪਰਮਾਨੈਂਟ ਹੈ ਓਕੇ ਆ ਬੜਾ ਵੱਡਾ ਸਵਾਲ ਹੈ ਮੈਨੂੰ ਚੇਤੇ ਹੈ ਮੈਂ ਜਦ ਨਵਾਂ ਨਵਾਂ ਆਇਆ ਨਾ ਕੋ ਸੱਜਣ ਮਿੱਤਰ ਆ ਗਿਆ ਟੈਚੀ ਚੋਕੇ ਤੁਹਾਡੇ ਵਾਲੀ ਗੱਲ ਹੁਣ ਨਾ ਉਹਨੂੰ ਨਾ ਕਰਨ ਜੋਗੇ ਨਾ ਹਾਂ ਕਰਨ ਜੋਗੇ ਕਹਿੰਦਾ ਭਾਜੀ ਐਨੇ ਲੱਖ ਐਦਾਂ ਮਿਲ ਜਣੇ ਐਨੇ ਲੱਖ ਐਦਾਂ ਮਿਲ ਜਣੇ ਮੈਂ ਕਿਹਾ ਭਰਾਵਾ ਇਹ ਤਾਂ ਮੈਂ ਜੋਬ ਵੀ ਨਹੀਂ ਲੱਗਾ ਤੂੰ ਪਹਿਲਾਂ ਆਉਂਦੇ ਹੀ ਐਨੇ ਲੱਖ ਮਿਲ ਜਣੇ ਆ ਚਲੋ ਖੈਰ ਤੁਸੀਂ ਆਇਓ ਮਾਮਲਾ ਜਿੰਨੇ ਮੈਂ ਕਿਹਾ ਕੋਈ ਨਹੀਂ ਬਾਅਦ ਦੇਖਾਂਗੇ 10 ਦਿਨਾਂ ਬਾਅਦ ਫੇਰ ਆ ਗਿਆ ਕਹਿੰਦਾ ਭਾਈ ਜੀ ਪੇਪਰ ਤਿਆਰ ਨੇ ਤੇ ਸਾਈਨ ਕਰ ਦਿਓ ਮੈਂ ਕਿਹਾ ਜੀ ਕਿਵੇਂ ਆ ਐਨੇ ਲੱਖ ਹੋ ਜੂ 25 ਸਾਲ ਜਦੋਂ ਕਿਸ਼ਤਾਂ ਪੂਰੀਆਂ ਹੋ ਗਈਆਂ ਮੈਂ ਬਾਅਦ ਚ ਕਿਸ਼ਤ ਮੇਰੀ ਬੰਦ ਹੋ ਗਈ ਮੈਂ ਉਹਨੂੰ ਫੋਨ ਕੀਤਾ 25 ਵਰਿਆਂ ਬਾਅਦ ਮੈਂ ਕਿਹਾ ਭਾਜੀ ਕਿੰਨੇ ਪੈਸੇ ਬਣੇ ਮੇਰੇ ਕਹਿੰਦੇ ਜੀ ਉਹ ਤਾਂ ਖਤਮ ਹੋ ਗਈ ਇੰਸ਼ੋਰੈਂਸ ਮੈਂ ਕਿਹਾ ਕਾਦੀ ਖਤਮ ਹੋ ਗਈ ਮੈਂ 25 ਸਾਲ ਪੈਸੇ ਭਰਦਾ ਰਿਹਾ ਨਾ ਤੂੰ ਕਹਿੰਦਾ ਇੰਸ਼ੋਰੈਂਸ ਖਤਮ ਹੋ ਗਈ ਯਾਨੀ ਕਿ ਤੁਸੀਂ ਜਿਹੜਾ ਥਿੰਕ ਇੰਸ਼ੋਰੈਂਸ ਨਾਮ ਰੱਖਿਆ ਹੈ ਬੰਦੇ ਨੂੰ ਪਹਿਲਾਂ ਸੋਚਣ ਲਈ ਟਾਈਮ ਦਿਨੇ ਹੋ ਕਿ ਇੰਸ਼ੋਰੈਂਸ ਜਿਹੜੀ ਮੈਂ ਤਰੀਕਾ ਕਰ ਰਿਹਾ ਆ ਉਹ ਕਾਦੀ ਹੈ ਇਹ ਬਾਕਾਇਦਾ ਸਾਰਾ ਐਕਸਪਲੇਨ ਕਰਦੇ ਹੋ ਹਾਂਜੀ ਬਿਲਕੁਲ ਜਦੋਂ ਵੀ ਅਸੀਂ ਪਰਿਵਾਰਾਂ 'ਚ ਬੈਨੇ ਆ ਜੀ ਅਸੀਂ ਪਹਿਲੀ ਗੱਲ ਤਾਂ ਜ਼ਰੂਰਤਾਂ ਦੇ ਹਿਸਾਬ ਨਾਲ ਚੀਜ਼ਾਂ ਮੋੜਿਆ ਉਹਨਾਂ ਨੂੰ ਐਕਸਪਲੇਨ ਕਰਦੇ ਹਾਂ ਜੀ ਇੱਕ 10 ਮਿੰਟ ਲੱਗ ਜਾਣ 20 ਮਿੰਟ ਲੱਗ ਜਾਣ 30 ਮਿੰਟ ਲੱਗ ਜਾਣ ਸਾਨੂੰ ਇਹ ਨਹੀਂ ਹੈਗਾ ਵੀ ਮੈਨੂੰ ਪੁੱਛਦੇ ਨੇ ਜਦੋਂ ਅਸੀਂ ਪਰਿਵਾਰਾਂ 'ਚ ਬੈਨੇ ਆ ਕਹਿੰਦੇ ਤੁਸੀਂ ਦੱਸੋ ਮੈਂ ਕਿਹਾ ਜੇ ਮੈਂ ਦੱਸਿਆ ਤਾਂ ਫਿਰ ਇਹਦਾ ਮਤਲਬ ਤੁਹਾਨੂੰ ਸਮਝ ਨਹੀਂ ਲੱਗੀ ਹੂੰ ਫਿਰ ਤਾਂ ਮੇਰੇ ਜੋ ਕਹੇ ਤਾਂ ਤੁਸੀਂ ਕਰਤਾ ਫਿਰ ਉਹ ਗੱਲ ਸਹੀ ਨਹੀਂ ਸਵਾਦ ਨਹੀਂ ਆਇਆ ਮੈਨੂੰ ਮੈਂ ਕਿਹਾ ਤੁਸੀਂ ਮੈਨੂੰ ਜਦ ਮੈਂ ਤੁਹਾਨੂੰ ਸਮਝਾਉਣਾ ਹੈ ਆਹ ਚੀਜ਼ ਇਦਾਂ ਆ ਫਿਰ ਤੁਹਾਡੀ ਜਿਹੜਾ ਜਿਹੜੀ ਚੌਨ ਹੋਊਗੀ ਮੇਰੇ ਨਾਲ ਵਧੀਆ ਹੋਊਗੀ ਉਹ ਕਹਿੰਦੇ ਉਹ ਕਹਤੋਂ ਮੈਂ ਕਿਹਾ ਵੀ ਤੁਸੀਂ ਆਪਦੇ ਹਿਸਾਬ ਨਾਲ ਆਪਦੇ ਬਜਟ ਦੇ ਹਿਸਾਬ ਨਾਲ ਵੀ ਤੁਹਾਨੂੰ ਚੀਜ਼ ਦਾ ਪਤਾ ਲੱਗਿਆ ਵੀ ਇਹਦੇ ਚੋਲਾ ਹੀ ਕੋਈ ਨਹੀਂ ਹੈਗਾ ਫਿਰ ਤੁਸੀਂ ਮੇਰੇ ਤੋਂ ਵਧੀਆ ਡਿਸੀਜਨ ਬਣਾਓਗੇ ਬਣਾਓਗੇ ਕਿਉਂਕਿ ਮੈਂ ਆਪਦੇ ਹਿਸਾਬ ਨਾਲ ਡਿਸੀਜਨ ਬਣਾਉਣਾ ਹੈ ਤੁਸੀਂ ਆਪਦੇ ਹਿਸਾਬ ਨਾਲ ਫਿਰ ਇੱਕ ਸਾਡਾ ਸਾਂਝਾ ਡਿਸੀਜਨ ਹੈ ਵੀ ਸਾਡਾ ਬਜਟ ਇਹ ਹੈ ਅਸੀਂ ਬਜਟ ਦੇ ਹਿਸਾਬ ਨਾਲ ਆਹ ਚੀਜ਼ ਚਾਹੀਦੀ ਹੈ ਆਹ ਸਾਡਾ ਰਾਹ ਆ ਅਸੀਂ ਆਏ ਸਾਨੂੰ ਚਾਹੀਦੀ ਹੈ ਫਿਰ ਰੋਲੇ ਮੁੱਕ ਗਏ ਨਹੀਂ ਜਦੋਂ ਇੰਸ਼ੋਰੈਂਸ ਕਰਦੇ ਨੇ ਆਮ ਕਰਕੇ ਜਿਹੜਾ ਸਭ ਤੋਂ ਵੱਡਾ ਭਲੇਖਾ ਇਹ ਹੁੰਦਾ ਹੈ ਕਿ ਪ੍ਰਿੰਟ ਕਰਕੇ ਏਜੰਟ ਲਿਆਉਂਦਾ ਲੋ ਜੀ 25 ਸਾਲ ਦੀ ਇੰਸ਼ੋਰੈਂਸ ਹੈ 1500 ਸਾਲ ਦੀ ਕਿਸ਼ਤ ਹੈ ਤੁਹਾਨੂੰ 5 ਲੱਖ ਮਿਲ ਜਾਣਾ ਜੇ ਮਰ ਗਏ ਜਿਹੜਾ ਫਾਈਨ ਪ੍ਰਿੰਟ ਹੈ ਥੱਲੇ ਉੱਥੇ ਕਹਿੰਦੇ ਇੱਥੇ ਘੁੱਗੀ ਮਾਰ ਦਿਓ ਇੱਥੇ ਘੁੱਗੀ ਮਾਰ ਦਿਓ ਇੱਥੇ ਘੁੱਗੀ ਤੇ ਇੱਥੇ ਦਸਕਾ ਕਰ ਦਿਓ ਘੁੱਗੀ ਮਰਾਉਣ ਲੱਗੇ ਆਂ ਦੱਸ ਦਿਓ ਵੀ ਘੁੱਗੀ ਮਾਰ ਕਿਉਂ ਰਹੇ ਆਂ ਹਾਂਜੀ ਉਹੀ ਉਹੀ ਗੱਲ ਜਿੱਥੇ ਆ ਗਈ ਜਿੱਦਾਂ ਪਰਮਾਨੈਂਟ ਰਹਿਣ ਲੱਗਿਆਂ ਉਹ ਘੁੱਗੀਆਂ ਬਾਜ ਜਾਂਦੀਆਂ ਨੇ ਬਾਅਦ ਚ ਇਹ ਨਹੀਂ ਪਤਾ ਹੁੰਦਾ ਵੀ ਇਹਦੇ ਇਹਦੇ ਰਿਜ਼ਲਟ ਕੀ ਨਿਕਲਨੇ ਨੇ ਬਾਅਦਸ ਤਾਂ ਕਹਿੰਦੇ ਵੀ ਦੱਸਿਆ ਸੀਗਾ ਜੀ ਹੁਣ ਕਈਆਂ ਦੀ ਕਿਸ਼ਤ ਵਧ ਜਾਂਦੀ ਹੈ ਕਈਆਂ ਜਿਹੜਾ ਕੈਸ਼ ਹੈ ਉਹ ਤੁਹਾਨੂੰ ਜਦੋਂ ਬਾਹਰੋਂ ਕਰਦੇ ਆ ਅਸੀਂ ਲੋਨ ਚੱਕਦੇ ਆ ਆ ਪਾਲਿਸੀ ਚੋਂ ਓਕੇ ਇਹ ਨਹੀਂ ਹੈਗਾ ਵੀ ਕਿਸ਼ਤਾਂ ਮੁੱਕ ਗਈਆਂ 20 ਸਾਲਾਂ ਬਾਅਦ 25 ਸਾਲਾਂ ਬਾਅਦ ਹੈਗਾ ਵੀ ਸਾਡੇ ਪੈਸੇ ਹੀ ਵਾਪਸ ਆ ਜਾਣੇ ਇਦਾਂ ਨਹੀਂ ਹੁੰਦਾ ਲਾਈਫ ਇੰਸ਼ੋਰੈਂਸ ਦੇ ਵਿੱਚ ਜਿਹੜੇ ਪੈਸੇ ਵਿੱਚ ਹੈਗੇ ਨੇ ਤੁਹਾਡੇ ਉਹ ਤੁਸੀਂ ਹੁੰਦੇ ਚ ਹੈਗੇ ਜਿੱਦਾਂ ਅਸੀਂ ਸਾਡੇ ਘਰ ਦੀ ਇਕੁਇਟੀ ਹੁੰਦੀ ਹੈ ਅਸੀਂ ਪੈਸੇ ਚੱਕ ਕੇ ਨਾਮਾ ਕਰ ਲੈਨੇ ਆ ਉਦਾਂ ਹੀ ਇੰਸ਼ੂਰੈਂਸ ਅੱਜ ਜਿਹੜੇ ਪੈਸੇ ਚੱਕਣੇ ਨੇ ਉਹਨਾਂ ਨੇ ਕਿਹਾ ਵਾਕਿਆ ਤੁਹਾਡਾ ਕੈਸ਼ ਵੈਲਿਊ ਹੈਗਾ ਤੁਹਾਡੀ ਜਿਹੜੀ ਕਿਸ਼ਤ ਆ ਅਸੀਂ ਉਸ ਤੇ ਇੰਟਰਸਟ ਲਾਵਾਂਗੇ ਜਿਹੜਾ ਤੁਸੀਂ ਚੱਕੋਗੇ ਇੰਟਰਸਟ ਦੇਣਾ ਆ ਜੇ ਨਹੀਂ ਦਿੰਦੇ ਤਾਂ ਫਿਰ ਉਹਦੇ ਵੀ ਡਿਪੈਂਡ ਕਰਦਾ ਕਿ ਸਿਚੁਏਸ਼ਨ ਤੁਸੀਂ ਪੈਸੇ ਇਸ ਕਰਕੇ ਇਹ ਚੀਜ਼ਾਂ ਦੀਆਂ ਜਿਹੜੇ ਅਥਲੈਟਿਕ ਘੁੱਗੀਆਂ ਵਾਲੀ ਇੱਕ ਘੁੱਗੀਆਂ ਵਾਲੀ ਤੇ ਸਾਰੀਆਂ ਚੀਜ਼ਾਂ ਪਤਾ ਹੋਣੀ ਚਾਹੀਦੀ ਹੁਣ ਅੱਜ ਕੱਲ੍ਹ ਨਾ ਇਲੈਕਸ਼ਨ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਐਨੀ ਪੈਨਸ਼ਨ ਦੇ ਦਾਂਗੇ ਐਨੀ ਤੁਹਾਨੂੰ ਇਹ ਤੇ ਦਾਂਗੇ ਫ੍ਰੀ ਬੀਜ ਨੂੰ ਕਹਿੰਦੇ ਨੇ ਫ੍ਰੀ ਬੀ ਦੇਣ ਤੇ ਬੜੇ ਲੱਗੇ ਉਹਨਾਂ ਬਰੇ ਆ ਲੋਕਾਂ ਤੋਂ ਸੁਣੀਦਾ ਲਓ ਜੀ ਫਲਾਨੀ ਜਗ੍ਹਾ ਇੰਸ਼ੋਰੈਂਸ ਕਰਾਓ ਤੁਹਾਡੇ ਪੇਪਰ ਸਾਰੇ ਫ੍ਰੀ ਫਲਾਨਾ ਫ੍ਰੀ ਫ੍ਰੀ ਤੁਸੀਂ ਫ੍ਰੀ ਕੀ ਕੁਝ ਦੇ ਰਹੇ ਹੋ ਇਹਦੇ ਕੋਰਟਪੈਨ ਤੇ ਨਵਾਂ ਫ੍ਰੀ ਲੈ ਕੇ ਦਿੰਦੇ ਵੀ ਪਹਿਲਾਂ ਇੰਸ਼ੋਰੈਂਸ ਕਰਾਉਣ ਤੋਂ ਪਹਿਲਾਂ ਆ ਨਵਾਂ ਕੋਰਟਪੈਨ ਲੈ ਜੂਗਾ ਬਫਰੀ ਇੰਸ਼ੋਰੈਂਸ ਕਰਵਾ ਲਓ ਤੁਸੀਂ ਜੀ ਮੈਂ ਕਹਿੰਦਾ ਵੀ ਇਸ ਮੁਲਕ ਦੇ ਵਿੱਚ ਫ੍ਰੀ ਕੁਝ ਨਹੀਂ ਹੈਗਾ ਜੀ ਜੀ ਨਾ ਹੀ ਕਦੀ ਕੁਝ ਫ੍ਰੀ ਮਿਲਣਾ ਤੇ ਨਾ ਹੀ ਕੁਝ ਫ੍ਰੀ ਆਪਾਂ ਨੂੰ ਕੋਈ ਦੇ ਸਕਦਾ ਤੇ ਨਾ ਹੀ ਉਹ ਪਛਦਾ ओके ਹੁਣ ਆਪਾਂ ਫ੍ਰੀ ਦੀ ਗੱਲ ਕਰਦੇ ਆ ਇੱਕ ਆਹ ਬਹੁਤ ਆਪਣੇ ਕਿਉਂਕਿ ਹਰੇਕ ਬੰਦਾ ਜਿੱਦਾਂ ਆਪਾਂ ਗੱਲ ਕਰਦੇ ਆ ਮੈਂ ਤੁਹਾਨੂੰ ਬੇਲਾ ਤੁਸੀਂ ਕਿਹਾ ਵੀ ਜ਼ਰੂਰਤ ਹੈ ਮੈਂ ਕੋਈ ਗੱਲ ਨਹੀਂ ਪਾਈ ਤੁਹਾਡੇ ਪੇਪਰ ਮੈਂ ਹੈਲਪ ਕਰ ਦੇਣਾ ਹੁਣ ਮੈਂ ਤੁਹਾਡੇ ਪੇਪਰਾਂ ਦੀ ਹੈਲਪ ਤਾਂ ਕਰਤੀ ਹੁਣ ਨਾ ਉਹ ਮੇਰਾ ਖੇਤਰ ਸੀਗਾ ਨਾ ਹੀ ਮੈਂ ਜੋ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਜੀ ਨਾ ਹੀ ਮੇਰਾ ਇਮੀਗ੍ਰੇਸ਼ਨ ਦਾ ਖੇਤਰ ਹੈ ਮੈਂ ਤੁਹਾਡੇ ਇਮੀਗ੍ਰੇਸ਼ਨ ਦੇ ਤੁਸੀਂ ਕਿਹਾ ਮੈਂ ਪਾਸਪੋਰਟ ਕਰਨਾ ਅਪਲਾਈ ਕਰਨਾ ਉਹ ਕਰਨਾ ਜਾਂ ਸੁਪਰ ਵੀਜ਼ਾ ਲਵਾਉਣਾ ਮੇਰੇ ਪੇਪਰ ਭਰ ਦਿਓ ਹੁਣ ਉਹ ਚੀਜ਼ਾਂ ਹੁਣ ਤੁਸੀਂ ਮੈਂ ਪੇਪਰ ਤੁਹਾਡੇ ਭਰਤੇ ਫਿਰ ਮੈਂ ਕਿਹਾ ਐਂ ਕਰੋ ਨਾਲ ਜਿਹੜੀ ਇੰਸ਼ੂਰੈਂਸ ਹੈ ਨਾ ਉਹ ਵੀ ਮੈਂ ਹੀ ਕਰਨੀ ਹੈ ਹੁਣ ਪੇਪਰ ਤਾਂ ਫ੍ਰੀ ਭਰਤੇ ਓਕੇ ਹੁਣ ਤੁਸੀਂ ਆਬਲੀਗੇਟਡ ਹੋਗੇ ਨਾ ਤੁਸੀਂ ਮੈਨੂੰ ਕੁਝ ਪੁੱਛਣਾ ਨਾ ਤੁਸੀਂ ਮੈਨੂੰ ਕੁਝ ਕਹਿਣਾ ਹੋਵੇਗਾ ਯਾਰ ਇਹਨਾਂ ਵਿਚਾਰੇ ਨੇ ਪੇਪਰ ਭਰੇ ਨੇ ਹੁਣ ਇਹ ਵੀ ਚੀਜ਼ ਕਰਾ ਲਓ ਹੁਣ ਜਿਹੜਾ ਚੀਜ਼ ਮੈਂ ਮਾਹਿਰ ਨਹੀਂ ਹੈਗਾ ਕਿਤਾ ਤੁਹਾਡਾ ਮੈਂ ਪਹਿਲਾਂ ਗਲਤ ਕੰਮ ਕਰਤਾ ਨਾ ਮੈਂ ਇਮੀਗ੍ਰੇਸ਼ਨ ਦਾ ਮੈਨੂੰ ਪਤਾ ਨਹੀਂ ਨਹੀਂ ਨਾ ਹੀ ਮੈਨੂੰ ਨੌਲੇਜ ਹੈ ਨਾ ਹੀ ਮੈਂ ਐਕਸਪਰਟ ਹੈ ਮੈਂ ਤੁਹਾਨੂੰ ਸਲਾਹ ਕਿਦਾਂ ਕੁਝ ਮੈਂ ਗਲਤ ਕਰਤਾ ਹੁਣ ਜੇ ਸੂਪਰ ਵੀਜ਼ਾ ਦੇ ਪੇਪਰ ਭਰਨੇ ਨੇ ਹੁਣ ਆ ਵੀ ਤੁਹਾਡੇ ਤੁਸੀਂ ਫਾਈਲ ਲਵਾਉਣੀ ਆ ਤੁਹਾਡੀ ਫਾਈਲ ਸਾਰੀ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡੇ ਵਾਸਤੇ ਟੁਕਮੀ ਸੀਗਣੀ ਜਿਹੜੇ ਮੈਂ ਪੇਪਰ ਭਰ ਰਿਹਾ ਹੁਣ ਉਹ ਚੀਜ਼ਾਂ ਤੋਂ ਬਚੋ ਜੀ ਫਿਰ ਉਦੋਂ ਬਾਅਦ ਆਉਂਦਾ ਵੀ ਹਮੇਸ਼ਾ ਜੀ ਕਹਿੰਦੇ ਵੀ ਤੁਸੀਂ ਫਿਰ ਨਾ ਹੀ ਤੁਸੀਂ ਸੂਪਰ ਵੀਜ਼ਾ ਬਾਰੇ ਤੁਸੀਂ ਪਤਾ ਕਰਨਾ ਵੀ ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਆ ਰਹੇ ਨੇ ਉਹ ਟੁਕਮੀ ਇੰਸ਼ੋਰੈਂਸ ਉਹਨਾਂ ਵਾਸਤੇ ਉਹਨਾਂ ਦੇ ਸੇਹ ਦੇ ਹਿਸਾਬ ਨਾਲ ਨਹੀਂ ਉਹ ਚੀਜ਼ਾਂ ਇੱਕ ਪਾਸੇ ਹੋ ਗਈਆਂ ਹੁਣ ਜਦੋਂ ਲੋਡ ਪੈਣੀ ਆ ਉਦੋਂ ਕਹਿੰਦੇ ਮੈਂ ਤਾਂ ਪੇਪਰ ਭਰੇ ਜ ਤੁਸੀਂ ਇਹ ਭਰ ਦੋ ਜੀ ਮੈਂ ਭਰਤਾ ਉਦੋਂ ਬਾਅਦ ਪੰਗਾ ਪੈ ਗਿਆ ਜ ਇਹ ਬਹੁਤ ਵਧੀਆ ਤੁਸੀਂ ਗੱਲ ਕੀਤੀ ਐ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਕਲੀਅਰ ਕਰੋ ਸੁਪਰ ਵੀਜ਼ੇ ਬਾਰੇ ਬਹੁਤ ਜ਼ਿਆਦਾ ਲੋਕੀ ਜ਼ਿਕਰ ਕਰਦੇ ਆ ਲਓ ਜੀ ਸੁਪਰ ਵੀਜ਼ਾ ਹੀ ਦਵਾ ਕੇ ਦੇ ਰਹੇ ਆ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਅਸੀਂ ਕਰਦੇ ਆ ਨੂੰ ਥੋੜਾ ਜਿਹਾ ਕਲੀਅਰ ਕਰੋ ਕੀ ਐ ਮਹੀਨੇ ਤੋਂ ਮਹੀਨੇ ਆ ਜਾਂ ਕਿਵੇਂ ਕੀ ਚੱਕਰ ਐ ਤਾਂ ਥੋੜਾ ਜਿਹਾ ਹਾਂਜੀ ਬਿਲਕੁਲ ਉਦੋਂ ਪਹਿਲਾਂ ਥੋੜਾ ਜਿਹਾ ਪਿੱਛੇ ਜਿਹੇ ਲੈ ਜੀ ਗੱਲ ਕਰਦੇ ਸੀਗੇ ਉਹਨਾਂ ਨਾਲ ਫਿਰ ਜਦੋਂ ਇੱਕ ਡਿਸਕਲੋਜ਼ਰ ਐ ਐਡਵਾਈਜ਼ਰ ਦਾ ਡਿਸਕਲੋਜ਼ਰ ਐ ਮੈਂ ਤੁਹਾਡੇ ਬਾਰੇ ਸਾਰਾ ਕੁਝ ਪੁੱਛ ਲਿਆ ਠੀਕ ਹੈ ਜਦੋਂ ਆਪਾਂ ਗੱਲ ਕਰਦੇ ਆਂ ਫ੍ਰੀ ਪੇਪਰ ਭਰਤੇ ਫ੍ਰੀ ਸਾਰਾ ਕੁਝ ਭਰਦਾ ਹੁਣ ਮੈਂ ਤਾਂ ਆਪਦੇ ਬਾਰੇ ਕੁਝ ਨਹੀਂ ਦੱਸਿਆ ਮੈਂ ਤੁਹਾਡੇ ਬਾਰੇ ਸਾਰਾ ਕੁਝ ਮੈਂ ਪੁੱਛ ਲਿਆ ਹੁਣ ਐਡਵਾਈਜ਼ਰ ਦਾ ਕੰਮ ਆ ਆਪਦੇ ਬਾਰੇ ਵੀ ਦੱਸਣਾ ਮੈਂ ਹੋਰ ਨਾਲ ਕੀ ਕੰਮ ਕਰਦਾ ਹੋਰ ਮੈਂ ਕੀ ਕੀ ਚੀਜ਼ਾਂ ਮੈਂ ਨਾਲ ਕਰਦਾ ਨਾ ਮੇਰੇ ਕੋਲ ਕੀ ਕੀ ਲਾਇਸੈਂਸ ਨੇ ਨਾਲ ਮੈਂ ਇਸ ਚੀਜ਼ ਵਾਸਤੇ ਆਹੀ ਫੁੱਲ ਟਾਈਮ ਕਰਦਾ ਮੇਰੇ ਮੇਰੇ ਕੋਲ ਕਿਹੜੇ ਕੰਪਨੀਆਂ ਦੇ ਕੰਟਰੈਕਟ ਨੇ ਇੱਕ ਅਸੀਂ ਮੂਹ ਜਬਾਨੀ ਕਹਿੰਦਾ ਸਾਰੀਆਂ ਕੰਪਨੀਆਂ ਚ ਦੱਸ ਦਿਓ ਸਾਰਾ ਕੁਝ ਹੀ ਹੈ ਸਾਡੇ ਕੋਲ ਸਾਰਾ ਕੁਝ ਹੀ ਹੈ ਜਿਹ ਜੋ ਹੈ ਤੁਸੀਂ ਦੱਸੋ ਸਹੀ ਪਰ ਵਾਕਿਆ ਜੋ ਲਫਾਫਾ ਖੋਲਦੇ ਆ ਪੇਪਰ ਤੇ ਲਿਖਿਆ ਉਦੋਂ ਉਦੋਂ ਪਤਾ ਲੱਗਦਾ ਜਦੋਂ ਪੇਪਰ ਮੋਰੇ ਰੱਖਦੇ ਆ ਆ ਸਾਡੀ ਕੰਪਨੀ ਨਾਲ ਥਿੰਕ ਇੰਸ਼ੂਰੈਂਸ ਜੀ ਆਹ ਅਸੀਂ ਕੰਪਨੀਆਂ ਨਾਲ ਡੀਲ ਕਰਦੇ ਆ ਨਾ ਨਾਲ ਸਾਡੇ ਕੰਟਰੈਕਟ ਨੇ ਇਹ ਤੁਹਾਡੀ ਇਨਫੋਰਮੇਸ਼ਨ ਅਸੀਂ ਅਪਰਸਨਲੀ ਕੰਫੀਡੈਂਸ਼ੀਅਲ ਰੱਖਾਂਗੇ ਉਹ ਅਸੀਂ ਓਥੋਂ ਲੈ ਕੇ ਤੁਹਾਨੂੰ ਇਨਫੋਰਮੇਸ਼ਨ ਦਿੰਨੇ ਵਾ ਤੁਹਾਨੂੰ ਇਹ ਯਕੀਨ ਹੋ ਜਾਂਦਾ ਵਾਕਿਆ ਹੀ ਜਿਹੋ ਦੇ ਲਿਖ ਕੇ ਦਿੰਨੇ ਆ ਵੀ ਤੁਸੀਂ ਜਿਹੜੇ ਕੰਪਨੀਆਂ ਨਾਲ ਡੀਲ ਕਰ ਰਹੇ ਹੋ ਵਾਕਿਆ ਹੀ ਲਿਖ ਕੇ ਦਿੰਦੇ ਆ ਆ ਇੱਕ ਤਾਂ ਆ ਮੇਨ ਚੀਜ਼ ਜ਼ਰੂਰੀ ਹੈ ਜਦੋਂ ਵੀ ਤੁਸੀਂ ਡੀਲ ਕਰਨਾ ਵਾਕਿਆ ਹੀ ਤੁਹਾਡੇ ਐਡਵਾਈਜ਼ਰ ਨੇ ਕਰੇ ਤੁਹਾਨੂੰ ਦੱਸਿਆ ਮੂਹਰੇ ਰੱਖ ਕੇ ਪੇਪਰ ਵੀ ਆਹ ਕੰਪਨੀਆਂ ਨੇ ਮੈਂ ਤੁਹਾਡੀ ਚੋਣ ਕੀਤੀ ਕਿੱਥੋਂ ਵਧੀਆ ਰੇਟ ਮਿਲੂਗਾ ਮੈਂ ਉਹ ਚੀਜ਼ਾਂ ਲੈ ਕੇ ਤੁਹਾਨੂੰ ਰੇਟ ਵਧੀਆ ਲੈ ਕੇ ਕਿਉਂਕਿ ਇਸ ਚੀਜ਼ ਦਾ ਰੇਟ ਆਪਾਂ ਨੂੰ ਵਧੀਆ ਮਿਲਦਾ ਆਪੇ ਇਸ ਕੰਪਨੀ ਨਾਲ ਡੀਲ ਕਰ ਰਹੇ ਆ ਨਾ ਕਿ ਮੇਰੇ ਕੋਈ ਇੱਕੋ ਹੀ ਕੰਟਰੈਕਟ ਹੈ ਜਾਂ ਮੇਰੇ ਕੋ ਦੋ ਨੇ ਆਹੀ ਮੇਰੀਆਂ ਮੇਰੀਆਂ ਚਾਹਤੀਆਂ ਕੰਪਨੀਆਂ ਨੇ ਮੈਨੂੰ ਸੌਖਾ ਹੈ ਕਰਨਾ ਤੇ ਮੈਂ ਉਹੀ ਤੁਹਾਨੂੰ ਕਹਿ ਰਿਹਾ ਜੀ ਆਹੀ ਵਧੀਆ ਨੇ ਸਾਰਾ ਕੁਝ ਅੱਛਾ ਹੁਣ ਸੁਪਰਵਾਈਜ਼ਰ ਸੁਪਰਵਾਈਜ਼ਰ ਦੇ ਉੱਤੇ ਥੋੜੀ ਇਹਨੂੰ ਗੱਲ ਨੂੰ ਕਲੀਅਰ ਕਰੋ ਕਿਉਂਕਿ ਬਹੁਤੇ ਲੋਕ ਇਸ ਗੱਲੋਂ ਕਨਫਿਊਜ਼ ਨੇ ਕਿ ਕਰਨਾ ਕੀ ਹੈ ਯਰੋਪ ਪੇਮੈਂਟ ਇਕੱਠੀ ਦੇਣੀ ਹੈ ਇੱਕੋ ਵਾਰੀ ਦੇਣੀ ਹੈ ਜਾਂ ਮਹੀਨੇ ਦੇ ਮਹੀਨੇ ਵੀ ਹੋ ਸਕਦੀ ਹੈ ਸੁਪਰਵਾਈਜ਼ ਨੂੰ ਕਲੀਅਰ ਕਰੋ ਥੋੜਾ ਜਿਹਾ ਹਾਂਜੀ ਬਿਲਕੁਲ ਜੇ ਅਸੀਂ ਸੁਪਰਵੀਜ਼ੇ ਦੀ ਗੱਲ ਕਰਦੇ ਹਾਂ ਪਹਿਲੀ ਗੱਲ ਤਾਂ ਹੈ ਜੀ ਲੱਖ ਡਾਲਰ ਦੀ ਰਿਕੁਆਇਰਮੈਂਟ ਹੈ ਅਸੀਂ ਪੇਰੈਂਟਸਾਂ ਗ੍ਰੈਂਡਪੇਰੈਂਟਸ ਨੂੰ ਬੁਲਾਉਣਾ ਹੈ ਤੇ ਇਹ ਕੈਨੇਡਾ ਚੇ ਕਰਾਉਣੀ ਪੈਣੀ ਹੈ ਓਕੇ ਠੀਕ ਹੈ ਜੇ ਅਸੀਂ ਵਿਜ਼ਟਰ ਆਉਣਾ ਕਿਸੇ ਨੇ ਫਿਰ ਇੰਸ਼ੂਰੈਂਸ ਜਿੱਥੋਂ ਮਰਜ਼ੀ ਸੀ ਕਰਾ ਸਕਦੇ ਆ ਭਾਵੇਂ ਇੰਡੀਆ ਪਾਕਿਸਤਾਨ ਫੀ ਜਿੱਥੋਂ ਵੀ ਹੋਣਾ ਹੈ ਉੱਥੋਂ ਤੁਸੀਂ ਕਰਾ ਸਕਦੇ ਹੋ ਜਿਹੜਾ ਸੁਪਰਵੀਜ਼ਾ ਲੱਖ ਡਾਲਰ ਦੀ ਰਿਕੁਆਇਰਮੈਂਟ ਹੈ ਜੀ ਇੱਕ ਤਾਂ ਚੀਜ਼ ਹੋਗੀ ਪਹਿਲਾ ਸੀਗਾ ਜਿੱਦਾਂ ਹੂੰ ਹੂੰ ਠੀਕ ਹੈ ਹੁਣ ਜੇ ਇੱਕ ਜਾਨੇ 2000 ਕਿਸ਼ਤ ਹੈ 4000 ਹੋਗਾ 4000 ਇਕੱਠਾ ਵੀਜ਼ਾ ਲੱਗ ਗਿਆ ਹੁਣ ਆਉਣਾ ਉਹਨਾਂ ਨੇ 6 ਮਹੀਨਾ ਬਾਅਦ ਅੱਜ ਇਹਦੀ 4000 ਅੱਜ ਦੇਤਾ ਹਾਂ ਓਕੇ ਹੁਣ ਅੱਜ ਇੱਕ ਖਾਲਾ ਹੋ ਗਿਆ ਜੀ ਹੁਣ ਮੰਥਲੀ ਪੇਮੈਂਟ ਦੇਣੀ ਹੈ ਠੀਕ ਹੈ ਨਾਲੇ ਪ੍ਰਾਈਸੇਸ ਵੀ ਬਹੁਤ ਡਾਊਨ ਆ ਗਿਆ ਜੀ ਹੁਣ ਇਹ ਵੀ ਜੇ ਉਹਨਾਂ ਨੇ ਦੇਖੀਏ ਸਿਹਤ ਵਧੀਆ ਦੋ ਤਰੀਕੇ ਦੀ ਕਵਰੇਜ ਆ ਇੱਕ ਤਾਂ ਸਿਹਤ ਵਧੀਆ ਸਾਨੂੰ ਮੈਂ ਇਹ ਚਿੰਤਰ ਲੈਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਦੇ ਸਿਹਤ ਵਧੀਆ ਜੀ ਜੇ ਉਹਨਾਂ ਦੇ ਢਿੱਲਾ ਮੱਠ ਹੈਗੀ ਹੈ ਢਿੱਲਾ ਮੱਠ ਦੇ ਨਾਲ ਸਰਟੀਫਿਕੇਟਾਂ ਦੀ ਕੰਪਨੀਆਂ ਵੀ ਹੈਗੀਆਂ ਨੇ ਇਹ ਹੈ ਵੀ ਸਾਨੂੰ ਚਿੰਤਾ ਨਹੀਂ ਹੈਗੀ ਆ ਕਿ ਸਿੱਕ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਡਾਕਟਰ ਕੋਲ ਜਾਣਾ ਪੈਂਦਾ ਅਮਰਜੈਂਸੀ ਜਾਣਾ ਪੈਂਦਾ ਕਿਤੇ ਵੀ ਜਾਣਾ ਪੈਂਦਾ ਉਹ ਚਿੰਤਾ ਸਾਨੂੰ ਲੋੜ ਨਹੀਂ ਹੈਗੀ ਜੀ ਉਸ ਤੋਂ ਬਾਅਦ ਜਿਹੜੀਆਂ ਇਹ ਉਹਨੀਆਂ ਕਿਸ਼ਤਾਂ ਨੇ ਉਹ ਵੀ ਅਸੀਂ ਮੰਥਲੀ ਕਰ ਸਕਦੇ ਹਾਂ ਜੀ ਮੰਥਲੀ ਦਾ ਭਾਅ ਹੈ ਹੁਣ ਤੋਂ ਇਹ ਦੇਖੋ ਵੀ ਕਿੱਥੇ ਅਸੀਂ 4000 ਇਕੱਠੇ ਦੇਣਾ ਇਹ ਆ ਵੀ ਅਸੀਂ ਉਹ ਮਹੀਨੇ ਦੇ ਮਹੀਨੇ ਕਿਸ਼ਤ ਕਰ ਲਈ ਹੁਣ ਮਹੀਨੇ ਦੇ ਮਹੀਨੇ ਕਿਸ਼ਤ ਕਰ ਲਈ ਅਸੀਂ ਦੋ ਕਿਸ਼ਤਾਂ ਦਿੱਤੀਆਂ ਇਕੱਠੀਆਂ ਉਦੋਂ ਬਾਅਦ ਜਦੋਂ ਆਉਣਗੇ ਭਾਵੇਂ 6 ਮਹੀਨੇ ਬਾਅਦ 7 ਮਹੀਨੇ ਬਾਅਦ ਉਦੋਂ ਕਿਸ਼ਤ ਸ਼ੁਰੂ ਹੋਣੀ ਆ ਓਕੇ ਜਦੋਂ ਆਉਣੇ ਕਿਸ਼ਤ ਉਦੋਂ ਸ਼ੁਰੂ ਹੋਣੀ ਆ ਬਿਲਕੁਲ ਜੀ ਮਹੀਨੇ ਦੇ ਮਹੀਨੇ ਵੀ ਕਰ ਸਕਦੇ ਫਿਰ ਤੁਹਾਨੂੰ ਬਿਲਕੁਲ ਮਹੀਨੇ ਦੇ ਮਹੀਨੇ ਹੁਣ ਪਹਿਲੇ ਇੱਕ ਵਾਰ ਜੋ ਪੇਪਰਵਰਕ ਵਾਸਤੇ ਅਸੀਂ ਦੋ ਮਹੀਨਿਆਂ ਦੇ ਪੈਸੇ ਦੇਤੇ ਉਹਨਾਂ ਨੂੰ ਸਾਡੇ ਕੋ ਪੇਪਰ ਸਾਰੇ ਸਾਡੇ ਕੋ ਰੈਡੀ ਹੋ ਗਿਆ ਫਿਰ ਤੁਸੀਂ ਕਿਸੇ ਵੀ ਜਿਹੜੇ ਇਮੀਗ੍ਰੇਸ਼ਨ ਦੇ ਐਕਸਪਰਟ ਨਾਲ ਤੁਸੀਂ ਡੀਲ ਕਰਦੇ ਉਸ ਨੂੰ ਨਾਲ ਕੋਈ ਜਾਓ ਜਾਂ ਆਪ ਤੁਸੀਂ ਫਾਈਲ ਲੈਣੀ ਤੁਹਾਡੀ ਚੋਇਸ ਹੈ ਤੁਹਾਨੂੰ ਕੋ ਪੇਪਰ ਮਿਲ ਗਿਆ ਸੁਪਰਵਾਈਜ਼ ਦੀ ਇੰਸ਼ੋਰੈਂਸ ਵਾਸਤੇ ਉਹ ਤੁਸੀਂ ਜਾ ਕੇ ਹੁਣ ਅਪਲਾਈ ਕਰੋ ਤੇ ਉਦੋਂ ਬਾਅਦ ਜਦ ਉਹਨਾਂ ਨੇ ਆਣਾ ਜੇ ਐਗਜ਼ਾਮਪਲ ਅੱਜ ਜਨਵਰੀ ਹੈ ਹੁਣ ਜਨਵਰੀ ਦੇ ਆਪਾਂ ਅਪਲਾਈ ਕਰਤਾ ਉਹਨਾਂ ਨੇ ਹੁਣ ਗਰਮੀਆਂ ਚ ਜੂਨ ਜੁਲਾਈ ਚ ਉਦੋਂ ਨੈਕਸਟ ਕਿਸ਼ਤ ਸ਼ੁਰੂ ਹੋਊਗੀ ਜੂਨ ਜਲਾਈ। ਓਕੇ ਜਦੋਂ ਆ ਜਣ। ਅੱਛਾ ਇੱਕ ਤੁੜ ਜਾ ਹੋਰ ਕਲੀਅਰ ਕਰੋ। ਜਦੋਂ ਅਸੀਂ ਤੁਸੀਂ ਕਿਹਾ ਨਾ ਪਰਮਾਨੈਂਟ ਪਹਿਲਾਂ ਪਹਿਲਾਂ ਸ਼ੁਰੂ ਜ਼ਿਕਰ ਕੀਤਾ ਸੀ ਇੱਕ ਟਰਮ ਇੰਸ਼ੋਰੈਂਸ ਵੀ ਹੁੰਦੀ ਆ। ਟਰਮ ਇੰਸ਼ੋਰੈਂਸ ਦੇ ਵਿੱਚ ਬਹੁਤ ਵਾਰੀ ਕਹਿੰਦੇ ਆ ਲਓ ਜੀ ਸਾਡੇ ਕੋਲ ਤਾਂ ਸਪੈਸ਼ਲ ਆ। ਸਪੈਸ਼ਲ ਪਰਮਿੰਦਰ ਸਿੰਘ ਥਿੰਦ ਕੋਲੀ ਸਪੈਸ਼ਲ ਹੈ। ਥਿੰਕ ਇੰਸ਼ੋਰੈਂਸ ਕੋਲ ਸਪੈਸ਼ਲ ਹੈ। ਸਪੈਸ਼ਲ ਵਾਲੀ ਗੱਲ ਕਲੀਅਰ ਕਰ ਦੋ ਜੀ ਹਾਂਜੀ ਜੀ ਆਪਾਂ ਟਰਮ ਇੰਸ਼ੋਰੈਂਸ ਦੀ ਗੱਲ ਕਰਦੇ ਆਂ ਫਿਰ ਉੱਥੇ ਹੀ ਗੱਲ ਆਉਂਦੀ ਵੀ ਲੈਨੇ ਕਿਉਂ ਆ ਟਰਮ ਆ ਇੱਕ ਟਾਈਮ ਤੱਕ ਆ ਜੀ ਇਸੇ ਕਰਕੇ ਸਸਤੀ ਆ ਸਸਤੀ ਆ ਵੀ 10 ਸਾਲ ਦੀ 20 ਸਾਲ ਦੀ 25 ਸਾਲ ਦੀ ਹੁਣ ਆ ਵੀ ਜਿੰਨੇ ਚਿਰ ਦੀ ਸਾਨੂੰ ਟਰਮ ਚਾਹੀਦੀ ਜਿੰਨੇ ਸਾਡੀ ਮੋੜ ਗਏ ਜਿੰਨਾ ਚਿਰ ਸਾਡਾ ਰਿਸਕ ਆ ਪੂ ਹੈ ਉਦੋਂ ਬਾਅਦ ਸਪੈਸ਼ਲਿਸਟ ਕਰਕੇ ਕਹਿੰਦੇ ਥੈਂਕ ਯੂ ਜਨਾਬ ਕੋ ਜਦੋਂ ਵੀ ਕੋਈ ਪ੍ਰੋਮੋਸ਼ਨ ਆਉਂਦੀ ਆ ਇਹ ਅਸੀਂ ਪਹਿਲਾਂ ਮੋਢੀ ਹੁੰਨੇ ਆ ਵੀ ਉਹ ਲੈ ਕੇ ਆਈਏ ਕਿਉਂਕਿ ਸਾਰੀਆਂ ਕੰਪਨੀਆਂ ਡੀਲ ਕਰਦੇ ਆ ਵੀ ਹੁਣ 10% ਤੱਕ ਆਫ ਲੱਗਿਆ ਜੇ ਕਿਸੇ ਨੇ ਕੋਈ ਵੀ ਟਰਮ ਲੈਣੀ ਆ 10 20 25 30 ਉਨਾਂ ਚਿਰ 10% ਆਫ ਮਿਲੀ ਜਾਊਗਾ ਜਿੰਨਾ ਚਿਰ ਟਰਮ ਹੈਗੀ ਆ ਜੀ 15% ਆਫ ਮਿਲੂਗਾ ਜੇ ਸਿਰਫ 10 ਸਾਲਾਂ ਵਾਲੀ ਟਰਮ ਲੈਣੇ ਆ ਅੱਛਾ ਜੇ ਕਿਸੇ ਦੀ 45 ਸਾਲ ਦੀ ਏਜ ਹੈ ਉਹਨਾਂ ਨੇ ਕਿਹਾ ਸਾਨੂੰ 10 ਸਾਲ ਦੀ ਰਿਸਕ ਹੈ 10 ਸਾਲ ਸਾਡੀ ਮੋੜਗੇ ਜਾਣੇ 10 ਸਾਲ ਸਾਡੇ ਨਿਆਣੇ ਵੱਡੇ ਹੋ ਜਾਣੇ ਸਾਨੂੰ ਲੋਡ ਨਹੀਂ ਹੈਗੀ ਉਹਨਾਂ ਨੂੰ 15% ਆਫ ਮਿਲੂਗਾ ਜੋ ਉਸ ਟਰਮ ਤੇ ਹੁਣ ਐ ਵੀ ਤੁਸੀਂ ਇਹ ਜਿੰਨਾ ਚਿਰ 10 ਸਾਲ ਟਰਮ ਹੈ ਤੁਸੀਂ 15% ਸੇਵ ਕਰ ਲਿਆ ਹਰੇਕ ਮਹੀਨੇ ਹਰ ਮਹੀਨੇ ਹੁਣ ਜੇ ਹੁਣ 200 ਡਾਲਰ ਕੈਸ਼ ਸੀ ਤੁਸੀਂ ਹੁਣ 30 ਡਾਲਰ ਹਰੇਕ ਮਹੀਨੇ ਸੇਵ ਕੀਤਾ ਉਹ ਤੁਹਾਨੂੰ ਨੈਕਸਟ 10 ਸਾਲ ਤੱਕ ਆਫ ਰਹਿਣਾ ਹੁਣ ਜੇ ਹਸਬੰਡ ਵਾਈਫ ਸੀਗੇ ਦੋਵਾਂ ਨੇ 30-30 ਡਾਲਰ ਸੇਵ ਕਰ ਲਿਆ ਹਜ਼ਾਰਾਂ ਡਾਲਰ ਬਣ ਜਾਂਦੇ ਨੇ ਹੁਣ ਐ ਵੀ ਇੱਕ ਤਾਂ ਟਰਮ ਤੇ ਬਿਲਕੁਲ ਔਫ ਚੱਲ ਰਿਹਾ ਜੀ ਮਾਰਚ ਐਂਡ ਤੱਕ ਮਾਰਚ ਐਂਡ ਤੱਕ ਟਰਮ ਦੇ ਉੱਤੇ ਸਪੈਸ਼ਲ ਡਿਸਕਾਊਂਟ ਹੈ ਬਿਲਕੁਲ ਪ੍ਰਨਾਲ ਦੇ ਨਾਲ ਇਹ ਵੀ ਹੈ ਹੁਣ ਇਹ ਵੀ ਨਾ ਤੁਹਾਨੂੰ ਚਿੰਤਾ ਕਰੋ ਜੇ ਉਦੋਂ ਕਈ ਵਾਰੀ ਏਜ ਨਾਲ ਹਰੇਕ ਕੰਪਨੀ ਆਪ ਦੇ ਆਪ ਦੇ ਏਜ ਦੇ ਹਿਸਾਬ ਨਾਲ ਅ ਅਗਰੈਸਿਵ ਹੁੰਦੀਆਂ ਕੋਈ ਕਹਿੰਦੇ ਅਸੀਂ 30 ਤੋਂ ਜੇ 40 ਤੱਕ ਕੇਜ ਨੇ ਉਹਨਾਂ ਦਾ ਸਾਡਾ ਰੇਟ ਵਧੀਆ ਕੋਈ ਕਹਿੰਦਾ 40 ਤੋਂ 50 ਤੱਕ ਅਸੀਂ ਵਧੀਆ ਪਰ ਸਾਨੂੰ ਕਈ ਵਾਰੀ 10% ਵਾਲ ਨਹੀਂ ਹੁੰਦਾ ਦੂਜੀ ਕੰਪਨੀਆਂ ਰੇਟ ਵਧੀਆ ਉਹ ਆਪਣੇ ਕੋਲੇ ਆਪਸ਼ਨਸ ਨੇ ਅਸੀਂ ਤਾਂ ਮੂਰੇ ਰੱਖਦੀ ਤਾਂ ਆਹ ਨੰਬਰ 1 ਕੰਪਨੀ ਆ ਨੰਬਰ 2 ਆ 3 ਆ 4 ਤੁਹਾਨੂੰ ਜਿਹੜੀ ਕੰਪਨੀ ਪਸੰਦ ਆ ਤੁਸੀਂ ਦੱਸੋ ਜੀ ਉਸ ਹਿਸਾਬ ਨਾਲ ਅਸੀਂ ਇੰਟਰਸਟ ਕਰਦੇ ਯਾਨੀ ਕਿ ਤੁਸੀਂ ਹਰ ਕਲਾਇੰਟ ਨੂੰ ਬਿਠਾ ਕੇ ਇੱਕ ਹੀ ਗੱਲ ਪਿਆਰ ਦੇ ਨਾਲ ਸਮਝਾਉਂਦੇ ਹੋ ਭਾਈ ਐਸ ਕੰਪਨੀ ਦੇ ਵਿੱਚ ਇਹ ਫਾਇਦਾ ਐਸ ਕੰਪਨੀ ਦੇ ਵਿੱਚ ਇਹ ਬੈਨੀਫਿਟ ਨੇ ਖਾਸ ਕਰਕੇ ਜਦੋਂ ਵਿਅਕਤੀ ਕਹਿੰਦਾ ਕਿ ਯਾਰੋ ਇੰਸ਼ੋਰੈਂਸ ਦੇ ਜੇ ਡਿਸਕਾਊਂਟ ਹੀ ਸਾਰੇ ਬਸੇ ਮਿਲ ਜਾਂਦੇ ਪਰ ਥਿੰਕ ਵਾਲਿਆਂ ਕੋਲ ਹੀ ਕਿਉਂ ਜਾਈਏ ਬਾਲਾ ਥਿੰਕ ਕਰਨ ਦੀ ਲੋੜ ਨਹੀਂ ਪੈਂਦੀ ਆ ਕੀ ਚੱਕਰ ਹੈ ਬਿਲਕੁਲ ਐਸੇ ਕਰਕੇ ਥਿੰਕ ਵਾਲਾ ਜਿਹੜਾ ਕੰਮ ਆ ਸਾਨੂੰ ਦੇ ਦਿਆ ਜੀ ਅਸੀਂ ਥਿੰਕ ਵਾਲਾ ਕੰਮ ਸਾਰਾ ਲੈ ਲਿਆ ਸਖਾਲਾ ਕਰਕੇ ਮੋਰੇ ਰੱਖਤਾ ਜੀ ਆ ਦੇਖੋ ਜੀ ਨੰਬਰ 1 ਤੋਂ ਨੰਬਰ 10 ਜਿਹੜਾ ਪਸੰਦ ਹੈ ਉਂਗਲ ਰੱਖੋ ਤੇ ਕਿਉਂ ਇੱਕ ਇਹ ਵੀ ਬਹੁਤ ਵਧੀਆ ਹੈਗਾ ਜੀ ਮੈਂ ਤੁਹਾਨੂੰ ਮੈਂ ਟੱਚ ਕਿਉਂਕਿ ਇਹ ਰੋਜ਼ ਜਿਹੜੇ ਕੁਐਸਚਨ ਨੇ ਉਹੀ ਆਪਾਂ ਸ਼ੇਅਰ ਬਿਲਕੁਲ ਬਿਲਕੁਲ ਆ ਕਈ ਵਾਰੀ ਕਹਿੰਦੇ ਆ ਜੀ ਇੱਕ ਆਪਣੇ ਬਹੁਤ ਹੁੰਦਾ ਵੀ ਇੰਡੀਆ ਵਾਲਾ ਵੀ ਕੰਪਨੀ ਆਪਾਂ ਮੈਂਟੈਲਿਟੀ ਹੈ ਨਾ ਮੈਂਟੈਲਿਟੀ ਆਪਣੇ ਨਾ ਤਾਂ ਇੱਥੇ ਏਜੰਟ ਭਾ ਸਕਦਾ ਜੀ ਨਾ ਇੱਥੇ ਕੰਪਨੀ ਭਾ ਸਕਦੀ ਕਿਉਂਕਿ ਇੱਥੇ ਹਰੇਕ ਚੀਜ਼ ਲਾਇਸੈਂਸਡ ਹੈ। ਓਕੇ। ਆ ਕੰਪਨੀਆਂ ਵੀ ਬౌਂਡਡਡ ਨੇ ਉਹ ਵੀ ਹੁਣ ਇਹ ਤਾਂ ਨਹੀਂ ਵੀ ਇਹ ਚੀਜ਼ ਵੇਚੀ ਜਾਂ ਜਦੋਂ ਪੈਸੇ ਕੋਈ ਡੈਥ ਹੋ ਗਈ ਕਿ ਪੈਸੇ ਇਕੱਠੇ ਕਰਕੇ ਦੇ ਦੇਾਂਗੇ ਇਦਾਂ ਨਹੀਂ ਜੀ ਕਿਉਂਕਿ ਉਹਨਾਂ ਨੇ ਕਿਸੇ ਦਾ 3 ਡਾਲਰ ਦੇਣੇ ਨੇ ਤੇ ਸਾਢੇ 4 ਡਾਲਰ ਉਹਨਾਂ ਦੇ ਅਕਾਊਂਟ ਤੇ ਚਾਹੀਦੇ ਨੇ ਪਤਾ ਨਹੀਂ ਕਦੋਂ ਲੋਡ ਪੈ ਜਾਵੇ। ओके ਇਸੇ ਹਿਸਾਬ ਨਾਲ ਕੋਈ ਵੀ ਕੰਪਨੀ ਇੱਥੇ ਆਪਰੇਟ ਸਿਕਿਉਰਡ ਹੈ ਸਿਕਿਉਰਡ ਹੈ ਕੋਈ ਵੀ ਕੰਪਨੀ ਇੱਥੇ ਜੇ ਕੰਮ ਕਰਦੀ ਹੈ bizness ਕਰਦੀ ਹੈ ਉਹਨੂੰ ਆਪ ਦਾ ਉਹਨਾਂ ਕੈਸ਼ ਉਹਦੇ ਕੋਲੇ ਰੱਖਣਾ ਪੈਣਾ ਇਨ ਹੈਂਡ ਪਤਾ ਨਹੀਂ ਕਦੋਂ ਲੋਡ ਪੈ ਜਾਵੇ ओके ओके ਤੇ ਇਸ ਕਰਕੇ ਇੱਥੇ ਇਹ ਚੀਜ਼ ਬੜੀ ਕਲੀਅਰ ਕੀਤੀ ਸੀ ਬਿਲਕੁਲ ਇਸ ਕਰਕੇ ਤੇ ਕੰਪਨੀਆਂ ਭੱਜ ਨਹੀਂ ਸਕਦੀਆਂ ਨਾਲ ਦੇ ਨਾਲ ਉਹ ਕੰਪਨੀਆਂ ਦੀ ਵੀ ਇਨਸ਼ੋਰਡ ਨੇ ਉਹਨੂੰ ਅਸ਼ੋਰ ਕਹਿੰਦੇ ਨੇ ਜਸਟ ਇਨ ਕੇਸ ਐਗਜ਼ਾਮਪਲ ਜੇ ਆਪਣੇ ਆਪਣੇ ਬੈਂਕ ਚ ਪੈਸੇ ਪਏ ਨੇ ਬੈਂਕ ਬੰਦ ਹੋ ਗਿਆ ਨਾ ਮਤਲਬ ਉਹਨੇ ਸਾਰੇ ਕੋਈ ਗਿਆ ਆਪਣਾ ਨਹੀਂ ਉਦਾਂ ਹੀ ਸਾਡੀ ਜੀ ਲਾਈਫ ਇੰਸ਼ੋਰੈਂਸ ਹੈ ਜੇ ਕੰਪਨੀ ਬੰਦ ਵੀ ਹੋ ਗਈ ਪਰ ਅੱਜ ਤੱਕ ਤਾਂ ਕੈਨੇਡਾ ਚ ਹੋਈ ਨਹੀਂ ਜੇ ਬੰਦ ਵੀ ਹੋ ਗਈ ਪਰ ਫਿਰ ਵੀ ਉਹਦੀ ਅੱਗੇ ਇੰਸ਼ੋਰੈਂਸ ਹੁੰਦੀ ਸਾਨੂੰ ਚਿੰਤਾ ਦੀ ਲੋੜ ਨਹੀਂ ਹੈਗੀ ਅੱਛਾ ਇੱਕ ਬੜਾ ਇੰਪੋਰਟੈਂਟ ਮੇਰਾ ਸਵਾਲ ਹੈ ਹਾਂਜੀ ਕਈ ਵਾਰੀ ਲੋਕ ਆਪਣਾ ਕੰਮ ਕਰਦੇ ਆ ਕੋ ਟੈਕਸੀ ਚਲਾਉਂਦਾ ਕੋ ਟਰੱਕ ਚਲਾਉਂਦਾ ਕੋਈ ਹੋਰ ਆਪਣਾ ਕੰਮ ਕਰਦਾ ਉਹਦੇ ਵਿੱਚ 60 ਫੀਟ ਵੱਜਵੇ ਡਿਸੇਬਿਲਟੀ ਵਾਸਤੇ ਉਹ ਘਰੇ ਬੈਠਿਆ ਵਿਚਾਰਾ ਉਦੇ ਵਾਸਤੇ ਕੋਈ ਇਹੋ ਜਿਹਾ ਪ੍ਰਵੀਜ਼ਨ ਹੈ ਕਿਉਂਕਿ ਕੰਮ ਦੇ ਉੱਤੇ ਜੇ ਕੋਈ ਜੌਬ ਲੱਗਾ ਹੋਇਆ ਹੈ ਤੇ ਉਹਨੂੰ ਵਰਕਸੇ ਪੈਸੇ ਦਿੰਦੇ ਆ ਤੇ ਇਧਰਲੇ ਪਾਸੇ ਜੇ ਪਰਸਨਲ ਆਪਣਾ ਕੰਮ ਹੈ ਸਰਟੀਫਿਕੇਟ ਵੱਜ ਜਾਂਦੀ ਹੈ ਡਿਸੇਬਿਲਟੀ ਦਾ ਫਾਇਦਾ ਕੀ ਹੈ ਥੋੜੇ ਜਿਹਾ ਨੂੰ ਨਿਖੇੜ ਕੇ ਦੱਸਿਓ ਬਿਲਕੁਲ ਜੀ ਆਪਾਂ ਜਿੱਦਾਂ ਤੁਸੀਂ ਨਾਂ ਲਿਆ ਡਿਸੇਬਲ ਠੀਕ ਹੈ ਜਦੋਂ ਅਸੀਂ ਏਬਲ ਨਹੀਂ ਹੈਗੇ ਕੰਮ ਕਰਨ ਨੂੰ ਜੀ ਠੀਕ ਹੈ ਸਾਡੀ ਗੱਡੀ ਖਰਾਬ ਹੋ ਗਈ ਉਹ ਵੀ ਡਿਸੇਬਲ ਹੋ ਗਈ ਤੁਰਦੀ ਨਹੀਂ ਉਦਾਂ ਹੀ ਸਾਡੀ ਗੱਡੀ ਹੈ ਜ ਜਸੀਂ ਅਸੀਂ ਡਿਸੇਬਲ ਹੋ ਗਏ ਛੱਟ ਪੇਟ ਲੱਗੀ ਕੁਝ ਵੀ ਜਾਂ ਸਿਕਨੈਸ ਵੀ ਹੋ ਜਾਵੇ ਸਿਕਨੈਸ ਕਿਦਾਂ ਦੇ ਵੀ ਕੋਈ ਵੀ ਸਿਕਨੈਸ ਹੀ ਕੰਮ ਤੇ ਨਹੀਂ ਜਾ ਸਕਦੇ ਅਸੀਂ ਸਾਨੂੰ ਡਿਸੇਬਿਲਟੀ ਵਾਸਤੇ ਐਲੀਜੀਬਲ ਆ ਹੁਣ ਮੈਂ ਇਹ ਕਹਿਣਾ ਉਹਨਾਂ ਡਿਸੇਬਿਲਟੀ ਚਾਹੀਦੀ ਕਿਉਂ ਹੈ ਜੀ ਹੁਣ ਆਪਾਂ 1 ਮਿੰਟ ਸੋਚੀਏ ਵੀ ਆਹ ਮਸ਼ੀਨਰੀ ਅਸੀਂ ਹਰੇਕ ਸਾਰੇ ਦਿਨ ਚ 15 ਤੋਂ 16 ਘੰਟੇ ਯੂਜ਼ ਕਰਦੇ ਆਂ ਬਿਲਕੁਲ ਪੈਸੇ ਘਰੇ ਲੈ ਕੇ ਆਉਣੇ ਆ ਜੇ ਮਸ਼ੀਨਰੀ ਨੂੰ ਅਸੀਂ ਯੂਜ਼ ਹੀ ਕਰੀ ਜਾਣਾ ਇਹਦੀ ਟੇਕ ਕੇਅਰ ਨਹੀਂ ਕਰਨੀ ਮੇਨਟੇਨੈਂਸ ਨਹੀਂ ਕਰਨੀ ਇਹਦੀ ਤੇ ਉਹੀ ਆ ਵੀ ਅਸੀਂ ਆਦ ਨੂੰ ਪ੍ਰੋਟੈਕਟ ਨਹੀਂ ਕਰਾ ਜੇ ਅਸੀਂ ਜਦੋਂ ਨਹੀਂ ਮਹੀਨਾ ਕੰਮ ਤੇ ਜਾ ਸਕੇ ਜੇ 6 ਮਹੀਨੇ ਸੋਚੀਏ ਫਿਰ ਪੈਸੇ ਨਹੀਂ ਆਉਂਦੇ ਤਾਂ ਕੀ ਹੋਊਗਾ ਹੂੰ ਠੀਕ ਹੈ ਜੇ ਸਾਰਾ ਕੋਸ਼ਿਸ਼ ਸਾਡਾ ਸਾਡੇ ਤੇ ਹੁਣ ਆਪਦੇ ਆਪ ਨੂੰ ਅਸੀਂ ਪ੍ਰੋਟੈਕਟ ਵੀ ਕਰਨਾ ਉਹ ਡਿਸੇਬਿਲਟੀ ਹੈ ਜੀ ਹੁਣ ਡਿਸੇਬਿਲਟੀ ਦੀ ਗੱਲ ਉਸ ਤੇ ਵੀ ਸਪੈਸ਼ਲ ਲੱਗਿਆ ਹੈ ਜੀ ਹੁਣ ਅੱਛਾ ਕੋਈ ਅਪਲਮਰ ਹੈ ਇਲੈਕਟ੍ਰੀਸ਼ੀਅਨ ਹੈ ਉਹ 15% ਆਪਦੀ ਡਿਸੇਬਿਲਟੀ ਤੇ ਕਿਸ਼ਤਾਂ ਤੇ ਆਫ ਲੈ ਸਕਦੇ ਨੇ ਜੀ ਵਾਹ ਜੀ ਵਾਹ 15% 15% ਤੱਕ ਹੈ ਇਹ ਵੀ ਲਿਮਿਟਡ ਮਾਰਚ ਤੱਕ ਹੈਗਾ ਜੀ ਠੀਕ ਹੈ ਜੀ ਇਹਦਾ ਮਤਲਬ ਹੈ ਵੀ ਜਦੋਂ ਤੱਕ ਪੰਜਾਬ ਦੀਆਂ ਚੋਣਾਂ ਹੋ ਕੇ ਬਾਹਰ ਨਹੀਂ ਆਉਂਦੀਆਂ ਉਨਾ ਚਿਰ ਤੇ ਪੰਜਾਬ ਕਰਕੇ ਤਾਂ ਨਹੀਂ ਦਿੱਤਾ ਸਪੈਸ਼ਲਿਟੀ ਪਰ ਰੀਅਲੀ ਇਹ ਹੋਇਆ ਤਾਂ ਆਪਾਂ ਵਧਾ ਵੀ ਸਕਦੇ ਪਰ ਆਪਣੇ ਹੱਥ 'ਚ ਨਹੀਂ ਹੈਗਾ ਜੋ ਆਉਂਦੀ ਆਪਸ਼ਨ ਪਰ ਜਿਹੜੇ ਖਤਾ ਹੋਏ ਨਾਲ ਇਹ ਨਹੀਂ ਹੈਗੇ ਇਕੱਲੇ ਨਾਲ ਹੀ ਜੇ ਕੋਈ ਫਿਜ਼ੀਓਥੈਰੇਪਿਸਟ ਨੇ ਜੀ ਮ사ਜ ਥੈਰੇਪਿਸਟ ਨੇ ਉਹ 25% ਤੱਕ ਆਫ ਲੈ ਸਕਦੇ ਨੇ ਜਾਂ ਨਰਸਸ ਨੇ ਅੱਛਾ ਔਰ ਡਿਸੇਬਿਲਿਟੀ ਦਾ 25% ਆਫ ਲੈ ਸਕਦੇ ਨੇ ਕਿਉਂਕਿ ਕੋਈ ਵੀ ਜਿਹੜੀਆਂ ਆਪਾਂ ਆਪਾਂ ਜੇ ਗੱਲ ਕਰਦੇ ਆ ਡਿਸੇਬਿਲਿਟੀ ਸਪੈਸ਼ਲੀ ਜਿਹੜੀ ਸਿਕਨੈਸ ਦੀ ਆਪਾਂ ਗੱਲ ਕਰਦੇ ਆ ਕਿਉਂਕਿ ਬਹੁਤ ਕੰਪਨੀਆਂ ਨੇ ਸਿਕਨੈਸ ਜਦੋਂ ਆਪਾਂ ਲੈਣੇ ਆ ਕਾਸਟ ਵੱਧ ਜਾਂਦੀ ਹੈ ਉਹਦੇ ਸਿਕਨੈਸ ਕੋਈ ਵੀ ਭਾਵੇਂ ਮੈਂਟਲੀ ਕਿਸੇ ਵੀ ਤਰੀਕੇ ਨਾਲ ਸਾਨੂੰ ਕੋਈ ਸਿਕਨੈਸ ਹੋ ਗਈ ਕੋਈ ਵੀ ਸਿਕਨ ਜਦੋਂ ਆਪਾਂ ਨੂੰ ਕੋਵਿਡ ਇਦਾਂ ਦੀ ਕੋਈ ਸਿਕਨਸ ਆ ਜਾਵੇ ਭਾਵੇਂ ਪਰਨਾ ਹੀ ਨਹੀਂ ਲਿਖਿਆ ਵਿੱਚੋਂ ਦਾ ਨਾਮ ਹੀ ਪਤਾ ਉਹ ਤੁਸੀਂ ਅਨੇਬਲ ਟੂ ਵਰਕ ਹੋ ਤੁਹਾਨੂੰ ਜਿੰਨੇ ਜਲਦੀ ਤੁਸੀਂ ਅਮਾਉਂਟ ਦੀ ਕਰਾਈਗਾ 2000 3000 2000 3000 ਆਈ ਜਾਊਗਾ ਹੁਣ ਭਾਵੇਂ ਕੋਈ ਨਰਸ ਨੇ ਮ사ਜ ਥੈਰੇਪਿਸਟ ਨੇ ਫਿਜ਼ੀਓ ਥੈਰੇਪਿਸਟ ਨੇ ਜਾਂ ਵੈਟਰ ਨੇ ਉਹਨਾਂ ਵਾਸਤੇ ਸਪੈਸ਼ਲ ਆਫ ਹੈਗਾ ਡਿਸੇਬਿਲਟੀ ਤੇ ਕਿਉਂਕਿ ਡਿਸੇਬਿਲਟੀ ਹਰੇਕ ਨੂੰ ਚਾਹੀਦੀ ਭਾਵੇਂ ਆਪਾਂ ਆਫਿਸ 'ਚ ਬੈਠੇ ਆਂ ਛੱਟ ਕੇ ਤੇ ਹੀ ਵਾ ਸਕਦੇ ਐਕਸੀਡੈਂਟ ਹੋ ਸਕਦਾ ਸਲਿੱਪ ਫਾਲ ਹੋ ਸਕਦੀ ਆ ਘਾ ਕੜਦਿਆ ਨਿਆਣਿਆਂ ਨਾਲ ਭਜਦਿਆਂ ਆਪਾਂ ਡਿੱਗ ਹੁਣ ਜੇ ਉਸ ਕਰਕੇ ਡਿਸੇਬਿਲਟੀ ਇੰਪੋਰਟੈਂਟ ਹੈ। ਥਿੰਕ ਇੰਸ਼ੋਰੈਂਸ ਦੇ ਪ੍ਰਮਿੰਦਰ ਸਿੰਘ ਥਿੰਦ ਨਾਲ ਖੁਦ ਕੋਈ ਪੀਏ ਨਹੀਂ ਕੋਈ ਅਡਵਾਈਜ਼ਰ ਨਹੀਂ ਹੋ ਨਾਲ ਕੱਲੇ ਪ੍ਰਮਿੰਦਰ ਸਿੰਘ ਥਿੰਦ ਨਾਲ ਗੱਲਬਾਤ ਕਰਨੀ ਹੋਵੇ ਕਿਹੜੇ ਨੰਬਰ ਤੇ ਸੰਪਰਕ ਬਿਲਕੁਲ ਜੀ ਸਾਡਾ ਨੰਬਰ ਹੈਗਾ ਜੀ 604 828 7213 ਸਾਡੀ ਕੰਪਨੀ ਦਾ ਨਾਮ ਥਿੰਕ ਇੰਸ਼ੋਰੈਂਸ.ਸੀ ਹੈ ਤੇ ਸਾਡੇ ਹੁਣ ਅਚਾਰ ਆਫਿਸ ਅੱਗੇ ਵਾ ਦੱਸਿਆ ਮੈਂ ਖੁਦ ਇੱਕ ਐਮ ਡੀ ਆਰਟੀ ਹਾਂ ਐਮ ਡੀ ਆਰਟੀ ਦਾ ਮਤਲਬ ਹੈ ਜਦੋਂ ਆਪਾਂ ਮਿਲਨ ਡਾਲਰ ਰਾਉਂਡ ਟੇਬਲ ਸਾਰੇ ਕੈਨੇਡਾ ਦੇ ਵਿੱਚ ਸਿਰਫ 2% アドਵਾਈਜ਼ਰ ਕੁਆਲੀਫਾਈ ਕਰਦੇ ਨੇ MDRT ਵਾਸਤੇ ਜੀ ਤੇ ਮੈਨੂੰ ਲਾਸਟ 4 ਸਾਲ ਹੋ ਗਏ ਜੀ MDRT ਵਾਸਤੇ ਕਿਉਂਕਿ ਇਹ ਲੋਕਾਂ ਦਾ ਪਿਆਰ ਆ ਇਹ ਨਹੀਂ ਕਿ ਮਿਰਚ ਕੋਈ ਚੀਜ਼ ਹੈਗੀ ਲੋਕਾਂ ਦਾ ਪਿਆਰ ਆ ਸਾਨੂੰ ਕੰਮ ਅਸੀਂ ਵਧੀਆ ਕਰਦੇ ਆ ਤਾਂ ਹੀ ਅਸੀਂ ਅਵਾਰਡ ਵਨ ਕਰਦੇ ਆ ਅਵਾਰਡ ਵਨ ਕਰਦੇ ਆ ਸਾਨੂੰ ਮਾਣ ਹੈ ਆਪਣੀ ਕਮਿਟੀ ਦੇ ਸਾਨੂੰ ਸਪੋਰਟ ਕਰਦੀ ਹੈ ਹੁਣ ਸਾਰੇ ਕੈਨੇਡਾ ਚ 2% ਉਹਦੇ ਚ ਵੀ ਇਹ ਨਹੀਂ ਇਕੱਲਾ ਐਮ ਡੀ ਆਰ ਟਾਪ ਆਫ ਦਾ ਟੇਬਲ ਟਾਪ ਆਫ ਦਾ ਟੇਬਲ ਜਿੱਥੇ ਦੁਨੀਆ ਦੇ ਸਾਰੇ ਇੰਸ਼ੋਰੈਂਸ ਐਡਵਾਈਜ਼ਰ ਆ ਕੇ ਬੈਹਂਦੇ ਨੇ ਉਹਨਾਂ ਚੋਂ ਅਪਰਮੰਦਰ ਸਿੰਘ ਥੈਂ ਇਹ ਮਾਨ ਲੋਕਾਂ ਵੱਲੋਂ ਮਾਨ ਹੈ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਤਾਂ ਹੀ ਕੋਈ ਸਹੀ ਸ਼ੁਰੂ ਤੇ ਟੀਚਰ ਜਿਹੜਾ ਚੱਕਿਆ ਬਾਕੀ ਦਾ ਗੁਰੂ ਮਹਾਰਾਜ ਕਰਾਉਣ ਵਾਲਾ ਬਾਕੀ ਇਹ ਉਹਨਾਂ ਦੀ ਸਪੋਰਟ ਹੈ ਆਪਦੇ ਵੱਲੋਂ ਅਸੀਂ ਮੰਚ 'ਤੇ ਕੋਈ ਨਹੀਂ ਰਹਿਣਦਾ ਵੀ ਜੋ ਕਰਨਾ ਹੈ ਕਲੀਅਰ ਕਰਨਾ ਜੋ ਜਿੰਨਾ ਲੋੜ ਹੈ ਨਾ ਇਹ ਕੋ ਲੰਬਾ ਆਉਣ ਦਿੱਤਾ ਇਹਦਾ ਸਤਿਕਾਰ ਇਸ ਗੱਲ ਦਾ ਸਨਮਾਨ ਹੋਣਾ ਚਾਹੀਦਾ ਹੈ ਕਿ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ थिंक इंश्योरेंस वाले परमिंदर सिंह थिंद इनदा दी दे जड़ी कंपनी है कनाडा दे जिन्ने भी इंश्योरेंस ਕਰਨ ਵਾਲੇ ਲੋਗ ਨੇ ਉਹਨਾਂ ਦੇ ਵਿੱਚੋਂ 2% ਦੇ ਵਿੱਚੋਂ ਸਿਰਫ ਕੁਆਲੀਫਾਈ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਪਰਮਿੰਦਰ ਸਿੰਘ थिंद थिंक इंश्योरेंस वाले ਵਾਕੇ ਹੀ ਜਦੋਂ ਇਹਨਾਂ ਨਾਲ ਤੁਸੀਂ ਬਹਿ ਕੇ ਗੱਲਬਾਤ ਕਰੋਗੇ ਤੇ ਤੁਹਾਡੇ ਮਨ ਨੂੰ ਵਾਕੇ ਤਸੱਲੀ ਆਏਗੀ ਕਿ थिंक इंश्योरेंस वाले ਪਰਮਿੰਦਰ ਸਿੰਘ थिंद ਘੁੱਗੀਆਂ ਨਹੀਂ ਮਰਾਉਂਦੇ ਬਲਕਿ ਇੱਕ ਇੱਕ ਗੱਲ ਤੁਹਾਡੇ ਦਿਮਾਗ ਦੇ ਵਿੱਚ ਪਏਗੀ ਫਿਰ ਕਹਿਣਗੇ ਕਾਗਜ਼ ਸਾਈਨ ਕਰੋ ਤੇ ਮੇਰਾ ਖਿਆਲ ਹੈ ਇਹਨਾਂ ਨਾਲ ਸੰਪਰਕ ਕਰਨ ਲਈ 828 ਏਰੀਆ ਕੋਡ 604 ਹੈ 7213 ਇਹਨਾਂ ਦਾ ਨੰਬਰ ਹੈ ਇਹਨਾਂ ਦੀ ਕੰਪਨੀ ਦਾ ਜਿਹੜੀਆਂ ਲੋਕੇਸ਼ਨਾਂ ਨੇ ਪੂਰੀਆਂ ਸਾਰੇ ਪਾਸੇ ਤੁਸੀਂ ਜਾ ਕੇ ਕੋਈ ਵੀ ਕਿਸੇ ਤਰ੍ਹਾਂ ਦੀ ਭਾਵੇਂ ਉਹ ਕ੍ਰਿਟੀਕਲ ਇੰਸ਼ੋਰੈਂਸ ਹੈ ਡਿਸੇਬਿਲਟੀ ਇੰਸ਼ੋਰੈਂਸ ਹੈ ਟਰਮੀਨ ਇੰਸ਼ੋਰੈਂਸ ਹੈ ਜਾਂ ਲਾਈਫ ਇੰਸ਼ੋਰੈਂਸ ਹੈ ਸਿਆਣਾ ਡਾਕਟਰ ਉਹ ਕਹਿੰਦੇ ਤੇ ਇਲਾਜ ਸੌਖਾ ਹੋ ਜਾਂਦਾ ਤੇ ਜੇ ਅਨਾਰੀ ਕੁਲ ਜਾਵੜ ਹੋ ਫਿਰ ਬਿਮਾਰੀ ਨੂੰ ਹੋਰ ਲੰਮਾ ਕਰ ਦਿੰਦਾ ਆ ਸਾਡਾ ਪ੍ਰਵਿੰਦਰ ਸਿੰਘ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਕਿਉਂਕਿ ਖਾਸ ਕਰਕੇ ਇਸ ਗੱਲ ਦਾ ਮਾਣ ਹੈ ਕਿ ਸਾਡਾ ਭਰਾ ਟੌਪ ਦੇ ਜਿਹੜੇ ਪੂਰੇ ਕੈਨੇਡਾ ਦੇ 2% ਲੋਕਾਂ ਦੇ ਵਿੱਚੋਂ ਸਾਡੀ ਆਪਣੀ ਕਮਿਊਨਿਟੀ ਦੇ ਥਿੰਕ ਇੰਸ਼ੋਰੈਂਸ ਦਾ ਨਵਾਂ ਆਉਂਦਾ ਉਹਦੇ ਕਰਕੇ ਸਾਨੂੰ ਬੜਾ ਫਖਰ ਹੈ ਤੇ ਮਾਣ ਹੈ ਜੀ ਧੰਨਵਾਦ ਤੁਹਾਨੂੰ ਨੇ ਕਮਿਊਨਿਟੀ ਨੂੰ ਜਾਂਦਾ ਕਿਉਂਕਿ ਸਾਨੂੰ ਸਪੋਰਟ ਕਰਦੇ ਨੇ ਅਸੀਂ ਤਾਂ ਅੱਗੇ ਕੰਮ ਹੈ ਕੰਮੇ ਕਰਨ ਵਾਲੇ ਕੰਮ ਕਰਨ ਵਾਲੇ ਪਰ ਇਹ ਹੈ ਵੀ ਇਹ ਧੰਨਵਾਦ ਕਰਦੇ ਹਾਂ ਉਹਨਾਂ ਕਰਕੇ ਇੱਥੋਂ ਤੱਕ ਪਹੁੰਚਿਆ ਤਾਂ ਹੀ ਅਸੀਂ ਹਮੇਸ਼ਾ ਹੀ ਕਮਿਊਨਿਟੀ ਨੂੰ ਗਿਵ ਅਬੈਕ ਬਿ ਸੋਚਦੇ ਰਹੇ ਨੇ ਲਵ ਕਿਤੇ ਵੀ ਕੋਈ ਕੰਮ ਹੋਵੇ ਅਸੀਂ ਹਮੇਸ਼ਾ ਸਪੋਰਟ ਵਾਸਤੇ ਤਿਆਰ ਰਹਿੰਦੇ ਹਾਂ ਜੀ ਨੰਬਰ ਜ਼ਰੂਰ ਦੱਸ ਦਿਓ ਤੁਹਾਡਾ 604 828 7213 ਜੀ ਬਹੁਤ ਬਹੁਤ ਧੰਨਵਾਦ ਇਸ ਸਮਾਂ ਕੱਢਿਆ ਤੇ ਬੜੀ ਅਹਿਮ ਗੱਲਬਾਤ ਬੜੀ ਵਧੀਆ ਜਾਣਕਾਰੀ ਦਿੱਤੀ ਆਉਣ ਵਾਲੇ ਸਮੇਂ ਫੇਰ ਗੱਲਬਾਤ ਕਰਾਂਗੇ ਧੰਨਵਾਦ ਸਸਿਕਾ ਜੀ ਸਸਿਕਾ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਅੱਜ ਦੀ ਖਾਸ ਮੁਲਾਕਾਤ ਦੇ ਵਿੱਚ ਖਾਸ ਗੱਲਬਾਤ ਜਿਹਦੇ ਵਿੱਚ ਇੰਸ਼ੋਰੈਂਸ ਬਾਰੇ ਜਿਹੜਾ ਪਿਆਸ ਸਾਡੇ ਮਨ ਦੇ ਵਿੱਚ ਭੁਲੇਖਾ ਹੈ ਉਹਨੂੰ ਦੂਰ ਕਰਨ ਲਈ Think Insurance ਦੇ ਪਰਮਿੰਦਰ ਸਿੰਘ ਤਿੰਦ 604 828 7213 ਤੇ ਸੰਪਰਕ ਕਰ ਲਿਓ ਅਗਲੀ ਗੱਲਬਾਤ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ subscribe our channel and press the bell icon taki koi bhi new update tose bilkul bhi miss na karo